ਹੈਲੋ ਆਦاب ਨਮਸਕਾਰ ਸਤਿ ਸ਼੍ਰੀ ਅਕਾਲ ਗੁੱਡ ਈਵਨਿੰਗ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਭ ਦਾ ਪੰਜਾਬ ਅੱਡਾ 247 ਦੇ ਇਸ YouTube ਪਲੇਟਫਾਰਮ ਤੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਘੈਂਟ ਹੋਵੋਗੇ ਮਸਤ ਹੋਵੋਗੇ ਉਹ ਗਾਣਾ ਜਿਆ ਯਾਦ ਆ ਰਿਹਾ ਯਾਰ ਜਿਹੜਾ ਕਹਿੰਦਾ ਟਾਈਮ ਸਾਢੇ 12 ਹੋ ਗਏ ਆ ਰਾਤ ਦੇ ਮੈਨੂੰ ਦੇਣੀਆ ਵਧਾਈਆਂ ਯਾਰ ਆਖ ਦੇ ਪਰ ਮੈਂ ਕਹਿ ਰਿਹਾ ਟਾਈਮ 10 ਵਜ ਗਿਆ ਰਾਤ ਦੇ ਦੇਣੀਆ ਵਧਾਈਆਂ ਸਟੂਡੈਂਟ ਆਖ ਦੇ ਸੌਰੀ ਮਾਈਂਡ ਨਾ ਕਰੀ ਮੈਂ ਸੈਸ਼ਨ ਲਾ ਲਿਆ ਤਨੂੰ ਸੁੱਤੇ ਪਿਆ ਨੂੰ ਅੱਧੀ ਰਾਤ ਨੂੰ ਜਗਾ ਲਿਆ ਹਨਾ ਉਹ ਨਹੀਂ ਹੈਗਾ ਆਪਣਾ ਗਾਣਾ ਵੀ ਕਾਦੀ 10 ਵਜੇ ਮਿੱਤਰਾਂ ਨੂੰ ਹਾਂ ਕਰ ਗਈ ਪੌਣੇ 5 ਨੂੰ ਪਈਏ ਪੌਣਾ ਢੋਲ ਕਿਵੇਂ ਦੇ ਹੁੰਦਾ ਹੋ ਗਾਣਾ ਆਪਣਾ ਤਾਂ ਉਹ ਆ ਬਾਈ ਪੂਰੇ 50 ਟੌਪ ਦੇ ਆਰਟੀਕਲ ਲੈ ਕੇ ਆਏ ਆ ਕਿਸੇ ਮਰਜ਼ੀ ਪੇਪਰ ਦੀ ਤਿਆਰੀ ਕਰਦੇ ਹੋ ਪੰਜਾਬ ਪੁਲਿਸ ਹੋਵੇ ਤੁਹਾਡਾ ਪੀ ਟ੍ਰਿਪਸ ਦਾ ਟ੍ਰਿਪਲ ਐਸ ਬੀ ਦਾ ਕੋਈ ਪੇਪਰ ਹੋਵੇ ਤੁਹਾਡਾ ਐਸ ਐਸ ਸੀ ਦਾ ਪੇਪਰ ਹੋਵੇ ਤੁਹਾਡਾ ਰੇਲਵੇ ਦਾ ਪੇਪਰ ਹੋਵੇ ਮੈਂ ਕਹਿੰਨਾ ਏ ਬੀ ਸੀ ਡੀ ਸਾਰੇ ਚੰਗੂ ਮੰਗੂ ਚਿੰਟੂ ਪੌਂਟੀ ਸਾਰੇ ਭਾਈ ਇਹਦੇ ਵਿੱਚ ਕਵਰ ਹੋ ਰਿਹਾ ਕਿਉਂਕਿ ਭਾਰਤ ਦੇ ਸੰਵਿਧਾਨ ਦੇ ਵਿੱਚ 395 ਆਰਟੀਕਲ ਪਹਿਲਾਂ ਸੀ ਫਿਰ 470 ਤੱਕ ਹੁਣ ਤੱਕ ਹੋ ਚੁੱਕੇ ਆ ਜੀ ਅੱਜ ਜਦੋਂ ਮੈਂ ਕਲਾਸ ਲੈ ਰਿਹਾ ਤੁਹਾਡੀ 27 ਤਰੀਕ ਨੂੰ ਹੁਣ ਤੱਕ ਉਹਨਾਂ ਦੇ ਵਿੱਚੋਂ ਟੌਪ ਦੇ 50 ਆਰਟੀਕਲ ਆ ਜਿਹੜੇ ਬਾਰੀ-ਬਾਰੀ ਘੁੰਮਦੇ ਆ ਜੀ ਜਿਹੜੇ ਬਾਰੀ-ਬਾਰੀ ਘੁੰਮਦੇ ਆ ਅੱਜ ਉਹਨਾਂ ਆਰਟੀਕਲਾਂ ਦਾ ਬਿਲਕੁਲ ਕਹਣ ਤਰੀਕੇ ਨਾਲ ਆਪਾਂ ਅੱਜ ਡੈਫੀਨੇਸ਼ਨ ਦੇ ਨਾਲ ਲੈ ਕੇ ਆਏ ਆ ਜੀ ਸਾਰੇ ਜਣੇ ਵੀਡੀਓ ਨੂੰ ਇੱਕ ਵਾਰੀ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਰ ਦਿਓ ਜੀ ਸ਼ੁਰੂਆਤ ਧਮਾਕੇਦਾਰ ਸੈਸ਼ਨ ਦੀ ਇਹ ਸੈਸ਼ਨ ਜਿਹੜਾ ਹੈ ਤੁਹਾਡੇ ਲਈ ਬਹੁਤ ਇੰਪੋਰਟੈਂਟ ਹੈ ਇੰਡੀਅਨ ਕਨਸਟੀਟਿਊਸ਼ਨ ਟਾਪ 50 ਮੋਸਟ ਇੰਪੋਰਟੈਂਟ ਆਰਟੀਕਲਸ ਇਸ ਤੋਂ ਬਾਹਰ ਨਾ ਕਦੇ ਪੇਪਰ 'ਚ ਆਇਆ ਤੇ ਨਾ ਕਦੇ ਆਏਗਾ ਨਾ ਕਦੇ ਪੇਪਰ 'ਚ ਆਇਆ ਨਾ ਕਦੇ ਆਏਗਾ ਸਵਾਗਤ ਹੈ ਤੁਹਾਡਾ ਸਭ ਦਾ ਦੋਸਤੋ ਅੱਜ ਦੇ ਇਸ ਖਾਸ ਤੇ ਬੇਹਤਰੀਨ ਸੈਸ਼ਨ ਦੇ ਵਿੱਚ ਜਿਹੜਾ ਬੱਚਾ ਪਹਿਲੀ ਵਾਰੀ ਜੁੜ ਰਿਹਾ ਜਿਹੜਾ ਬੱਚਾ ਪਹਿਲੀ ਵਾਰੀ ਚੈਨਲ ਤੇ ਜੁੜ ਰਿਹਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੰਜਾਬ ਅੱਡਾ ਦੇ ਚੈਨਲ ਨੂੰ ਨਾਲ ਬੈਲ ਆਈਕਨ ਪ੍ਰੈਸ ਕਰ ਲਿਓ ਤਾਂ ਕਿ ਹਰੇਕ ਕਲਾਸ ਦੀ ਨੋਟੀਫਿਕੇਸ਼ਨ ਜਿਹੜੀ ਉਹ ਤੁਹਾਨੂੰ ਮਿਲਦੀ ਰਹੇ ਇਹ ਮੇਰਾ ਸਪੈਸ਼ਲ ਸੈਸ਼ਨ ਹੈ ਪਰ ਮੇਰੀ ਰੈਗੂਲਰ ਕਲਾਸ ਡੇਲੀ ਸ਼ਾਮ ਨੂੰ 5 ਵਜੇ ਲੱਗਦੀ ਹੈ ਜੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤਾਂ ਹੀ ਤੁਹਾਨੂੰ ਨੋਟੀਫਿਕੇਸ਼ਨ ਮਿਲੇਗੀ ਉਹ ਟੈਨਸ਼ਨ ਕਿਉਂ ਲੈਣੇ ਸਰ ਜੀ ਨੋਟ ਕਰਨਾ ਨੋਟ ਨਹੀਂ ਕਰਨਾ ਕੱਲਾ ਸੁਣਿਓ ਇਹਦੀ ਪੀਡੀਐਫ ਦੇਖ ਕੇ ਜਾਊਂਗਾ ਕਿੱਥੇ ਮਿਲੂਗੀ ਤਰੀਕਾ ਦੱਸ ਦੇਣਾ ਇਹਦੀ ਪੀਡੀਐਫ ਟੌਪ 50 ਆਰਟੀਕਲ ਦੀ ਪੀਡੀਐਫ ਉਹਦਾ ਪ੍ਰਿੰਟ ਆਊਟ ਕਢਾਇਓ ਕੁਝ ਕਰਾਇਓ ਉਹਨੂੰ ਯਾਦ ਰੱਖਿਓ ਪੇਪਰ 'ਚ ਸਵਾਲ ਉਸ ਤੋਂ ਬਾਅਦ ਨਹੀਂ ਆ ਸਕਦਾ ਇਹ ਚੀਜ਼ ਦੀ ਗਾਰੰਟੀ ਦਿੰਦਾ ਪੀਡੀਐਫ ਕਿੱਥੋਂ ਮਿਲੂਗੀ ਜੀ ਜਿਵੇਂ ਵੀਡੀਓ ਚੱਲ ਰਹੀ ਆ ਲਾਈਵ ਵੀਡੀਓ ਚੱਲ ਰਹੀ ਆ ਭਾਵੇਂ ਰਿਕਾਰਡਡ ਚੱਲ ਰਹੀ ਆ ਡਿਸਕ੍ਰਿਪਸ਼ਨ ਦੇ ਉੱਤੇ ਕਲਿੱਕ ਕਰਿਓ ਉੱਥੇ ਲਿਖਿਆ ਸ਼ੋ ਮੋਰ ਤੇ ਕਲਿੱਕ ਕਰਿਓ ਆ ਸਾਹਮਣੇ ਲਿਖਿਆ ਹੋਇਆ ਜੀ ਡਾਊਨਲੋਡ ਅਵਰ ਅੱਡਾ 247 ਐਪ ਡਾਟ ਲਿੰਕ ਡਾਟ ਮਨੋਜ ਸਰ ਮੇਰਾ ਨਾਮ ਲਿਖਿਆ ਹੈ ਜੀ ਸਪੈਸ਼ਲ ਇਹਦੇ ਤੇ ਕਲਿੱਕ ਕਰਕੇ ਬੱਚੇ ਇਹਦੇ ਉੱਤੇ ਕਲਿੱਕ ਕਰਕੇ ਐਪਲੀਕੇਸ਼ਨ ਨੂੰ ਡਾਊਨਲੋਡ ਕਰ ਲਿਓ ਪੀਡੀਐਫ ਉਹਦੇ ਵਿੱਚ ਫ੍ਰੀ ਆਫ ਕਾਸਟ ਮਿਲੂਗੀ ਮੈਂ ਜਾਂਦਾ ਹੋਇਆ ਦੱਸ ਕੇ ਜਾਊ ਕਿਵੇਂ ਮਿਲੂਗੀ ਕਰਦੇ ਆਂ ਜੀ ਸ਼ੁਰੂਆਤ ਰੈਡੀਓ ਸਾਰੇ ਜਣੇ ਰੈਡੀਓ ਲਿਖ ਦਿਓ ਰੈਡੀ ਸਟੱਡੀ ਗੋ ਲਿਖ ਦਿਓ ਜੀ ਰੈਡੀ ਸਟੱਡੀ ਗੋ ਕਰਦੇ ਆਂ ਜੀ ਸ਼ੁਰੂਆਤ ਲੋ ਪਾਈ ਧਮਾਕੇਦਾਰ ਸੈਸ਼ਨ ਦੀ ਹੋਗੀ ਸ਼ੁਰੂਆਤ ਪਹਿਲਾਂ ਦੱਸ ਦਿੰਨਾ ਡੇਲੀ ਕਲਾਸ ਮੇਰੀ ਹੁੰਦੀ ਆ ਜੀ ਸ਼ਾਮ ਨੂੰ 5 ਵਜੇ 1 ਘੰਟੇ ਦੀ ਇਹ ਤੁਹਾਡੇ ਵਾਸਤੇ ਦੱਸ ਰਿਹਾ ਤਾਂ ਕਿ ਬਾਅਦ ਚ ਵੀ ਬੱਚੇ ਦੇਖਣਗੇ ਹੁਣ ਵੀ ਵੇਖ ਰਿਹਾ ਸਭ ਨੂੰ ਦੱਸ ਦੇਣਾ ਜੀ ਸੁਣੋ ਧਿਆਨ ਨਾਲ ਕਹਿੰਦੇ ਪਾਰਟ ਨੰਬਰ 1 ਤੋਂ ਸ਼ੁਰੂਆਤ ਕਰਦੇ ਹਾਂ ਦੋਸਤੋ ਪਾਰਟ ਨੰਬਰ 1 ਤੋਂ ਸ਼ੁਰੂਆਤ ਕਰਦੇ ਹਾਂ ਜੀ ਜਿਹਦਾ ਨਾਮ ਹੈ ਯੂਨੀਅਨ ਐਂਡ ਇਟਸ ਟੈਰੀਟਰੀਜ਼ ਯੂਨੀਅਨ ਐਂਡ ਇਟਸ ਟੈਰੀਟਰੀਜ਼ ਪਾਰਟ ਨੰਬਰ 1 ਆਰਟੀਕਲ ਨੰਬਰ 1 ਦੇ ਵਿੱਚ ਕੀ ਲਿਖਿਆ ਹੋਇਆ ਇੰਡੀਆ 댓 ਇਜ਼ ਭਾਰਤ ਸ਼ਲ ਬੀ ਯੂਨੀਅਨ ਆਫ ਸਟੇਟ ਇੰਡੀਆ 댓 ਇਜ਼ ਭਾਰਤ shall be union of state ਸਰ ਜੀ ਪੰਜਾਬੀ ਚ ਚਾਹੀਦਾ ਜੀ ਉਹ ਸਾਰੇ ਦੁੱਖ ਤੋੜਤੇ ਪਿਆਰਿਓ ਚੱਕੋ ਪੰਜਾਬੀ ਚ ਵੀ ਆਇਆ ਪਿਆ ਸਾਰਾ ਕੁਝ ਪੰਜਾਬੀ ਪੜੋ ਜੋ ਮਰਜੀ ਪੜੋ ਸਭ ਕੁਝ ਤੁਹਾਡੇ ਵਾਸਤੇ ਆ ਜੀ ਚਲੋ ਉਸ ਤੋਂ ਬਾਅਦ ਆਰਟੀਕਲ ਨੰਬਰ 2 ਇੰਪੋਰਟੈਂਟ ਆ ਐਡਮਿਸ਼ਨ ਐਂਡ ਇਸਟੈਬਲਿਸ਼ਮੈਂਟ ਆਫ ਨਿਊ ਸਟੇਟ ਕਹਿਣ ਦਾ ਮਤਲਬ ਆਪਣੇ ਭਾਰਤ ਦਾ ਕੋਈ ਹਿੱਸਾ ਨਹੀਂ ਹੈ ਇੰਡੀਆ ਦਾ ਕੋਈ ਰਾਜ ਹਿੱਸਾ ਨਹੀਂ ਹੈ ਇੰਡੀਆ ਤੋਂ ਬਾਹਰ ਦਾ ਕੋਈ ਹਿੱਸਾ ਹੈ ਉਹਨੂੰ ਇੰਡੀਆ ਦੇ ਵਿੱਚ ਰਲਾਉਣਾ ਆਰਟੀਕਲ ਨੰਬਰ 2 ਦੀ ਪਾਵਰ ਆਪਾਂ ਨੂੰ ਮਿਲ ਜਾਂਦੀ ਹੈ ਜੀ ਆਰਟੀਕਲ ਨੰਬਰ 2 ਦੇ ਤਹਿਤ ਉਹਨੂੰ ਆਪਾਂ ਇੰਡੀਆ ਦੇ ਵਿੱਚ ਮਰਜ ਕਰ ਸਕਦੇ ਹਾਂ ਠੀਕ ਹੈ ਜੀ ਆਰਟੀਕਲ ਨੰਬਰ 3 ਫਾਰਮੇਸ਼ਨ ਆਫ ਨਿਊ ਸਟੇਟ ਐਂਡ ਦੇਖੋ ਜੀ ਕਹਿੰਦੇ 3 ਨੰਬਰ ਆਰਟੀਕਲ ਚ ਲਿਖਿਆ ਆਪਣੇ ਇੰਡੀਆ ਦੀਆਂ ਜਿੰਨੀਆਂ ਸਟੇਟਾਂ ਨੇ ਉਹਨਾਂ ਸਟੇਟਾਂ ਦੇ ਵਿੱਚੋਂ ਕਿਸੇ ਵੀ ਸਟੇਟ ਨੂੰ ਤੁਸੀਂ ਇੱਕ ਸਟੇਟ ਨੂੰ ਦੋ ਪਾਗਾਂ ਦੇ ਵਿੱਚ ਵੰਡਣਾ ਜਿਵੇਂ ਨਵੰਬਰ 1964 ਚ ਪੰਜਾਬ ਤੇ ਹਰਿਆਣਾ ਵੰਡ ਦਿੱਤਾ ਸੀ ਕਿਸੇ ਸਟੇਟ ਦੇ ਬਾਰਡਰ ਨੂੰ ਛੋਟਾ ਵੱਡਾ ਕਰ ਦੇਣਾ ਕਿਸੇ ਸਟੇਟ ਦਾ ਨਾਮ ਚੇਂਜ ਕਰ ਦੇਣਾ ਪਾਰਲੀਮੈਂਟ ਕੋਲੇ ਪਾਵਰ ਆਰਟੀਕਲ ਨੰਬਰ 3 ਚ ਲਿਖਿਆ ਹੈ ਜੀ ਉਹ ਭਾਈ ਪੰਜਾਬੀ ਚ ਵੀ ਆ ਕਿਉਂ ਟੈਨਸ਼ਨ ਮੰਨਦੇ ਹੋ ਪੰਜਾਬੀ ਚ ਵੀ ਆ ਸੁਣ ਲਓ ਕੁਝ ਨਹੀਂ ਲਿਖਣਾ ਇਹਦੀ ਪੀਡੀਐਫ ਦੇਖ ਕੇ ਜਾਊਗਾ ਟੈਨਸ਼ਨ ਨਹੀਂ ਲੈਣੇ ਕਾ ਟੈਨਸ਼ਨ ਸਿਰਫ ਦੇਣੇ ਕਾ ਚਲੋ ਜੀ ਪਾਰਟ ਨੰਬਰ 2 ਦੇ ਉੱਤੇ ਚਲਦੇ ਆਂ ਦੋਸਤੋ ਪਾਰਟ ਨੰਬਰ 2 ਦੇ ਉੱਤੇ ਚਲਦੇ ਆਂ ਇਹਦਾ ਨਾਮ ਹੈ ਜੀ ਸਿਟੀਜ਼ਨਸ਼ਿਪ ਇਹਦਾ ਨਾਮ ਕੀ ਹੈ ਦੋਸਤੋ ਸਿਟੀਜ਼ਨਸ਼ਿਪ ਇੰਪੋਰਟੈਂਟ ਕੀ ਹੈ ਇੰਪੋਰਟੈਂਟ ਹੈ ਜੀ ਆਰਟੀਕਲ ਨੰਬਰ 5 ਕਹਿੰਦੇ ਸਿਟੀਜ਼ਨਸ਼ਿਪ ਐਟ ਦਾ ਕਮੈਂਸਮੈਂਟ ਆਫ ਦਾ ਕਨਸਟੀਟਿਊਸ਼ਨ ਕਹਿੰਦੇ ਭਾਈ ਸੰਵਿਧਾਨ ਦੇ ਸ਼ੁਰੂ ਹੋਣ ਤੇ ਨਾਗਰਿਕਤਾ ਕਹਿੰਦੇ ਪੱਕੇ ਤੌਰ ਤੇ ਨਾਗਰਿਕ ਹੋ ਭਾਈ ਭਾਰਤ ਦੇ ਜੋ ਸੰਵਿਧਾਨ ਬਣਿਆ ਨਾਗਰਿਕਤਾ ਮਿਲ ਗਈ ਕਹਿੰਦੇ 6 ਨੰਬਰ ਆਰਟੀਕਲ ਇੰਪੋਰਟੈਂਟ ਆ ਰਾਈਟ ਰਾਈਟਸ ਟੂ ਆਫ ਸਿਟੀਜ਼ਨਸ਼ਿਪ ਆਫ ਅ ਸਰਟੇਨ ਪਰਸਨ ਹੂ ਹੈਜ਼ ਮਾਈਗ੍ਰੇਟਡ ਟੂ ਇੰਡੀਆ ਫਰੋਮ ਪਾਕਿਸਤਾਨ ਯਾਦ ਕਰੋ ਯਾਦ ਕਰੋ ਉਹ ਸਮੇਂ ਪਿਛਲੇ ਵਾਰ ਸਬਿੰ ਪੀਟਰ ਦਾ ਪੇਪਰ ਹੋਇਆ ਸੀ ਉਹ ਚਾਹੀਤਾ ਪੁੱਛਿਆ ਗਿਆ ਸੀ ਪਾਕਿਸਤਾਨ ਤੋਂ ਕੋਈ ਬੰਦਾ ਇੰਡੀਆ ਚ ਆਇਆ ਕਿਹੜੇ ਆਰਟੀਕਲ ਦੇ ਤਹਿਤ ਨਾਗਰਿਕਤਾ ਮਿਲੂਗੀ 6 ਨੰਬਰ ਆਰਟੀਕਲ ਦੇ ਤਹਿਤ ਦੋਸਤੋ 6 ਨੰਬਰ ਆਰਟੀਕਲ ਬਿਲਕੁਲ ਸਹੀ ਉੱਤਰ 11 ਨੰਬਰ ਆਰਟੀਕਲ ਪਾਰਲੀਮੈਂਟ ਟੂ ਰੈਗੂਲੇਟ ਦਾ ਰਾਈਟ ਆਫ ਸਿਟੀਜ਼ਨਸ਼ਿਪ ਬਾਈ ਲਾ ਪਾਰਲੀਮੈਂਟ ਕੋਲ ਅਧਿਕਾਰ ਹੈ ਸਿਟੀਜ਼ਨਸ਼ਿਪ ਦੇ ਨਾਲ ਸੰਬੰਧਿਤ ਨਾਗਰਿਕਤਾ ਦੇ ਨਾਲ ਸੰਬੰਧਿਤ ਕਾਨੂੰਨ ਬਣਾਉਣ ਦਾ ਅਧਿਕਾਰ ਕਿਹਦੇ ਕੋਲ ਹੈ ਜੀ ਪਾਰਲੀਮੈਂਟ ਦੇ ਕੋਲੇ ਹੈ ਬਹੁਤ ਹੀ ਸ਼ਾਨਦਾਰ ਬਹੁਤ ਹੀ ਸ਼ਾਨਦਾਰ ਬਹੁਤ ਹੀ ਲਾਜਵਾਬ ਅੱਗੇ ਚੱਲਦੇ ਹਾਂ ਜੀ ਇੱਕ ਵਾਰੀ ਲਾਈਕ ਵਾਲਾ ਬਟਨ ਦਬਾ ਦਿਓ ਯਾਰ ਮਜ਼ਾ ਨਹੀਂ ਆ ਰਿਹਾ ਲਾਈਕ ਵਾਲਾ ਬਟਨ ਦਬਾ ਦਿਓ ਫੰਡਾਮੈਂਟਲ ਰਾਈਟ ਆਗੇ ਇਸ ਤੋਂ ਬਾਅਦ ਇਸ ਤੋਂ ਬਾਅਦ ਕੀ ਹੋ ਗਿਆ ਜੀ ਫੰਡਾਮੈਂਟਲ ਰਾਈਟ ਬੱਚਿਓ 14 ਤੋਂ 18 ਤੱਕ ਰਾਈਟ ਟੂ ਇਕਵੈਲਟੀ 19 ਤੋਂ 22 ਤੱਕ ਰਾਈਟ ਟੂ ਫਰੀडम 23 ਤੋਂ 24 ਚ ਰਾਈਟ ਅਗੇਂਸਟ ਐਕਸਪਲੋਇਟੇਸ਼ਨ 25 ਤੋਂ 28 ਧਰਮ ਦੀ ਆਜ਼ਾਦੀ ਦਾ ਅਧਿਕਾਰ 29 ਤੋਂ 30 ਕਹਿੰਦੇ ਭਾਈ ਸੱਭਿਆਚਾਰ ਅਤੇ ਵਿਦਿਆ ਦੇ ਨਾਲ ਸੰਬੰਧਿਤ ਅਧਿਕਾਰ ਕਲਚਰਲ ਐਂਡ ਐਜੂਕੇਸ਼ਨਲ ਰਾਈਟਸ 32 ਦੇ ਵਿੱਚ ਰਾਈਟ ਟੂ ਕਨਸਟੀਟਿਊਸ਼ਨਲ ਰੈਮੇਡੀਜ਼ ਸਾਰੀਆਂ ਚੀਜ਼ਾਂ ਕਵਰ ਕਰਾਂਗੇ ਟੈਨਸ਼ਨ ਨਹੀਂ ਲੈਣੇ ਕਾ 50 ਆਰਟੀਕਲਾਂ ਤੋਂ ਬਾਹਰ ਪੇਪਰ 'ਚ ਨਹੀਂ ਆਉਂਦਾ ਇਹ ਗੱਲ ਦੀ ਮੈਂ ਗਾਰੰਟੀ ਦੇਣਾ ਤੁਹਾਨੂੰ ਇਸ ਗੱਲ ਦੀ ਗਾਰੰਟੀ ਦੇਣ ਲਈ ਲਾਈਕ ਵਾਲਾ ਬਟਨ ਦਬਾ ਦਿਓ ਜਲਦੀ ਨਾਲ 1100 ਬੱਚਾ ਲਾਈ ਬੈਠਾ ਜਲਦੀ ਨਾਲ ਜਲਦੀ ਨਾਲ ਲਾਈਕ ਵਾਲਾ ਬਟਨ ਦਬਾ ਦਿਓ ਜੀ ਜਲਦੀ ਨਾਲ ਚਲੋ ਅੱਗੇ ਚੱਲਦੇ ਹਾਂ ਹੁਣ ਇਹ ਚੋਂ ਇੰਪੋਰਟੈਂਟ ਦੇਖਦੇ ਆ ਕਿਹੜੇ-ਕਿਹੜੇ ਆ ਆਰਟੀਕਲ ਨੰਬਰ 14 14 ਨੰਬਰ ਆਰਟੀਕਲ ਕਹਿੰਦਾ ਕਹਿੰਦੇ ਕਾਨੂੰਨ ਦੇ ਸਾਹਮਣੇ ਸਮਾਨਤਾ ਇੰਪੋਰਟੈਂਟ ਆ ਜੀ ਕਾਨੂੰਨ ਦੇ ਸਾਹਮਣੇ ਸਮਾਨਤਾ ਸਕਰੀਨਸ਼ਾਟ ਨਾ ਲਓ ਭੋਲੇ ਪੰਚਿਓ ਮੈਂ ਦੀ ਤੁਹਾਨੂੰ ਪੀਡੀਐਫ ਦੇ ਕੇ ਜਾਊਂਗਾ ਡੋਂਟ ਵਰੀ ਲੋ ਇਹਦੀ ਮੈਂ ਤੁਹਾਨੂੰ ਪੀਡੀਐਫ ਦੇ ਕੇ ਜਾਊਂਗਾ ਸਕਰੀਨਸ਼ਾਟ ਨਾ ਲਓ ਕਿਉਂ ਮੱਥਾ ਮਾਰ ਰਹੇ ਹੋ ਪੀਡੀਐਫ ਦੇ ਕੇ ਜਾਊਂਗਾ ਟੈਨਸ਼ਨ ਨਾ ਲੋ ਆਰਟੀਕਲ ਨੰਬਰ 14 ਇਕੁਐਲਿਟੀ ਬਿਫੋਰ ਦਾ ਲਾ ਕਾਨੂੰਨ ਦੇ ਸਾਹਮਣੇ ਸਮਾਨਤਾ ਹੀ ਪੁਆਇੰਟਡ ਆ ਆਰਟੀਕਲ ਨੰਬਰ 15 ਪ੍ਰੋਹੀਬਿਸ਼ਨ ਆਫ ਡਿਸਕ੍ਰਿਮੀਨੇਸ਼ਨ ਕਹਿੰਦੇ ਛੂਹਾਂਛੂਤ ਦਾ ਖਾਤਮਾ ਕਰ ਦਿਓ ਜੀ ਚੂਹਾ ਚੂਤਾ ਖਾਤਮਾ ਕਰ ਦੋ 15 ਨੰਬਰ ਆਰਟੀਕਲ ਦੇ ਵਿੱਚ ਲਿਖਿਆ ਹੋਇਆ ਵੈਸੇ ਇਹ ਛੂਹਾ ਛੂਤ ਮੇਰੇ ਨੂੰ ਗਲਤੀ ਨਾਲ ਬੋਲੇ ਗਿਆ ਸੌਰੀ ਭੇਦ ਭਾਵ ਭੇਦ ਭਾਵ ਨਹੀਂ ਕਰਨਾ ਕਹਿੰਦੇ ਭੇਦ ਭਾਵ ਦਾ ਖਾਤਮਾ ਡਿਸਕ੍ਰਿਮੀਨੇਸ਼ਨ ਦਾ ਖਾਤਮਾ ਕਰਨਾ ਕਿਸੇ ਨਾਲ ਸੈਕਸ ਦੇ ਵੇਸਤੇ ਮੁੰਡਾ ਜਾਂ ਕੁੜੀ ਹੈ ਕਿਸੇ ਨਾਲ ਰੰਗ ਦੇ ਵੇਸਤੇ ਗੋਰਾ ਜਾਂ ਕਾਲਾ ਕਿਸੇ ਨਾਲ ਧਰਮ ਦੇ ਵੇਸਤੇ Hindu ਜਾਂ Muslim ਕਿਸੇ ਨਾਲ ਜਾਤ ਦੇ ਵੇਸਤੇ ਨਹੀਂ ਕਰ ਸਕਦੇ ਤੁਸੀਂ ਭਾਈ ਡਿਸਕ੍ਰਿਮੀਨੇਸ਼ਨ 15 ਨੰਬਰ ਆਰਟੀਕਲ ਤੇ ਲਿਖਿਆ ਜੀ 17 ਨੰਬਰ ਦੇ ਵਿੱਚ ਲਿਖਿਆ ਹੈ ਜੀ ਅਬੋਲੇਸ਼ਨ ਆਫ ਅਨਟੱਚੇਬਿਲਟੀ ਛੂਆ-ਛੂਤ ਦਾ ਖਾਤਮਾ ਲਿਖਿਆ ਦੋਸਤੋ 18 ਨੰਬਰ ਆਰਟੀਕਲ ਦੇ ਵਿੱਚ 18 ਨੰਬਰ ਆਰਟੀਕਲ ਤੇ ਲਿਖਿਆ ਭਾਈ ਛੂਆ-ਛੂਤ ਦਾ ਖਾਤਮਾ ਸਰ ਬਹੁਤ ਔਕੇ ਲੱਗਦੇ ਆ ਜੇ ਔਕੇ ਲੱਗਦੇ ਆ ਨਾ ਤੁਹਾਨੂੰ ਆਰਟੀਕਲ ਤਾਂ ਹੀ ਤਾਂ ਸੈਸ਼ਨ ਲੈ ਕੇ ਆਇਆ ਨਾ 50 ਦੇ 50 ਦੀ ਕਲੈਕਸ਼ਨ ਪੀਡੀਐਫ ਦੇ ਥਰੂ ਦੇ ਦੂੰਗਾ ਉਹ ਪੜੀ ਜਾਵੇ ਬੈਠੇ ਯਾਰ ਦੋ ਵਾਰੀ ਪੜ ਲਿਓ ਤਿੰਨ ਵਾਰੀ ਪੜ ਲਿਓ ਚਾਰ ਵਾਰੀ ਪੜ ਲਿਓ ਐਜੀ ਕਿਹੜੀ ਚੀਜ਼ਾਂ ਦੀ ਯਾਦ ਨਹੀਂ ਹੋਊਗੀ ਸਭ ਕੁਝ ਯਾਦ ਹੋ ਜਾਂਦਾ ਟੈਨਸ਼ਨ ਨਾ ਮਨੋ ਚਲੋ ਜੀ ਜਿਹੜਾ ਕਹਿੰਦਾ ਸਵੇਰ ਦੇਖ ਲੂੰਗਾ ਸਵੇਰ ਦੀ ਕੋਈ ਗਰੰਟੀ ਨਹੀਂ ਹੈ ਅੱਜ ਵੇਖੋਗੇ ਤਾਂ ਹੀ ਫਾਇਦਾ ਚਲੋ ਜੀ ਉਹਦੇ ਬਾਅਦ 17 ਨੰਬਰ ਕਹਿੰਦੇ ਆ ਬਾਇਲੇਸ਼ਨ ਆਫ ਅਨਟਚੇਬਿਲਟੀ 18 ਨੰਬਰ ਆਰਟੀਕਲ ਤੇ ਲਿਖਿਆ ਹੋਇਆ ਜੀ ਅਬੋਲੇਸ਼ਨ ਆਫ ਟਾਈਟਲਜ਼ ਯਾਦ ਕਰਨ ਦਾ ਤਰੀਕਾ ਐਸਾ 18 ਨੰਬਰ ਨੂੰ ਯਾਦ ਕਿਵੇਂ ਰੱਖਣਾ ਗਾਣਾ ਯਾਦ ਕਰੋ 16ਵਾਂ ਵੀ ਟੱਪਿਆ 17ਵਾਂ ਵੀ ਟੱਪਿਆ 18ਵੇਂ ਚ ਮੁੰਡਾ ਬਦਨਾਮ ਹੋ ਗਿਆ 18 ਵਿੱਚ ਮੁੰਡਾ ਬਦਨਾਮ ਹੋ ਗਿਆ 18 ਵਿੱਚ ਕੀ ਮਿਲ ਗਿਆ ਮੁੰਡੇ ਨੂੰ ਮੁੰਡੇ ਨੂੰ ਅਪਾਧੀ ਮਿਲ ਗਈ ਜੀ ਕਾਦੀ ਬਦਨਾਮੀ ਦੀ ਮੁੰਡੇ ਨੂੰ ਟਾਈਟਲ ਮਿਲ ਗਿਆ ਬਦਨਾਮੀ ਦਾ ਪਰ ਭਾਈ ਤੁਸੀਂ ਲੈ ਲਿਓ 18 ਸਾਲਾਂ ਦੀ ਉਮਰ ਟਾਈਟਲ ਛੱਡ ਦਿਓ 18 ਆਰਟੀਕਲ ਕਹਿੰਦਾ ਅਬੋਲੇਸ਼ਨ ਆਫ ਅਨਟਚੇਬਿਲਟੀ ਆਹ ਸੌਰੀ ਟਾਈਟਲਸ ਕਾਦਾ ਖਾਤਮਾ ਜੀ ਕਹਿੰਦੇ ਉਪਾਦੀਆਂ ਦਾ ਅੰਤ 18 ਨੰਬਰ ਆਰਟੀਕਲ ਦੇ ਵਿੱਚ ਹੈ ਜੀ ਉਦੋਂ ਬਾਅਦ 21 ਨੰਬਰ ਆਰਟੀਕਲ ਆ ਜਾਂਦਾ ਦੋਸਤੋ ਉਦੋਂ ਬਾਅਦ 21 ਨੰਬਰ ਵੀ ਇੰਪੋਰਟੈਂਟ ਹੈ ਇਸ ਤੋਂ ਬਾਅਦ 21 ਨੰਬਰ ਇੰਪੋਰਟੈਂਟ ਹੈ ਕਹਿੰਦੇ ਪ੍ਰੋਟੈਕਸ਼ਨ ਆਫ ਲਾਈਫ ਐਂਡ ਪਰਸਨਲ ਲਿਬਰਟੀ 21 ਨੰਬਰ ਆਰਟੀਕਲ ਦੇ ਵਿੱਚ ਹੈ ਇਹਨੂੰ ਆਪਾਂ ਕਈ ਵਾਰੀ ਕਹਿੰਦੇ ਜੀਵਨ ਦਾ ਅਧਿਕਾਰ ਵੀ ਕਹਿ ਦਿੰਦੇ ਆ ਜੀਵਨ ਦਾ ਅਧਿਕਾਰ ਜਿਨੇ ਕਹ ਹੈ 4 ਦਿਨ ਹੋ 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 ਉਹ ਭਾਈ ਇਹਦੇ ਕਰਕੇ ਹੀ ਬਣਿਆ ਗਾਣਾ 21 ਨੰਬਰ ਆਰਟੀਕਲ ਤੇ ਲਿਖਿਆ ਆ ਆਪਣੇ ਕੋਲ ਜੀਵਨ ਦਾ ਅਧਿਕਾਰ 21 ਐ ਇਚਾਸਵੀ ਅਮੈਂਡਮੈਂਟ 2002 ਦੇ ਵਿੱਚ ਐਡ ਹੋਇਆ ਆਪਣੇ ਕੋਲੇ 86th ਅਮੈਂਡਮੈਂਟ 2002 ਦੇ ਵਿੱਚ ਆਪਣੇ ਕੋਲੇ ਐਡ ਹੋਇਆ ਜੀ ਕਿਹੜਾ ਆਰਟੀਕਲ 21A ਰਾਈਟ ਟੂ ਐਜੂਕੇਸ਼ਨ ਸਿੱਖਿਆ ਦਾ ਅਧਿਕਾਰ ਹਰੇਕ ਨੂੰ ਸਿੱਖਿਆ ਲਾਜ਼ਮੀ ਕਰ ਦਿੱਤੀ ਜੀ ਇਹ ਆਪਣੇ ਕੋਲੇ ਐਡ ਕਦੋਂ ਹੋਇਆ ਦੋਸਤੋ ਇਹ ਐਡ ਹੋਇਆ ਜੀ ਆਪਣੇ ਕੋਲੇ 2002 ਦੇ ਵਿੱਚ 86ਵੀਂ ਐਮੈਂਡਮੈਂਟ ਦੇ ਵਿੱਚ ਬਹੁਤ ਹੀ ਅੱਛੇ ਬਹੁਤ ਹੀ ਲਾਜਵਾਬ ਅੱਗੇ ਚਲਤੇ ਹੈ ਭਾਈ ਉਹਦੂ ਬਾ ਫੰਡਾਮੈਂਟਲ ਰਾਈਟ ਦੇ ਵਿੱਚੋਂ ਆਰਟੀਕਲ ਨੰਬਰ 23 ਵੀ ਇੰਪੋਰਟੈਂਟ ਆ ਪ੍ਰੋਹੀਬਿਸ਼ਨ ਔਨ ਹਿਊਮਨ ਟ੍ਰੈਫਿਕਿੰਗ ਐਂਡ ਫੋਰਸਡ ਲੇਬਰ ਮਾਨਵ ਤਸਕਰੀ ਤੇ ਲੋਕ ਰੋਕ ਪਰ ਪਾਈ ਕੀ ਹੁੰਦਾ ਪ੍ਰੋਹੀਬਿਸ਼ਨ ਕੀ ਹੁੰਦਾ ਰੋਕ ਲਗਾਉਣਾ ਹਿਊਮਨ ਟਰੈਫਿਕਿੰਗ ਕੀ ਹੁੰਦਾ ਜੀ ਆਪਣੇ ਤੇ ਮਾਨਵ ਤਸਕਰੀ ਮਨੁੱਖੀ ਤਸਕਰੀ ਕਿਸੇ ਨੂੰ ਵੇਚ ਖਰੀਦ ਨਹੀਂ ਸਕਦੇ ਤੇ ਭਾਈ ਜਬਰੀ ਮਜ਼ਦੂਰੀ ਧੱਕੇ ਨਾਲ ਮਜ਼ਦੂਰੀ ਵੀ ਨਹੀਂ ਕਰਾ ਸਕਦੇ ਇਹਤੇ ਵੀ ਰੋਕ ਲਾਈ ਹੋਈ ਆ 43 ਸੌਰੀ 23 ਨੰਬਰ ਆਰਟੀਕਲ ਦੇ ਵਿੱਚ ਫਿਰ ਆ ਜਾਂਦਾ ਜੀ 24 ਨੰਬਰ ਆਰਟੀਕਲ 24 ਦੇ ਵਿੱਚ ਆ ਜੀ ਪ੍ਰੋਹੀਬਿਸ਼ਨ ਆਫ এমਪਲੋਇਮੈਂਟ ਆਫ ਚਾਈਲਡ ਚਿਲड्रन ਕਹਿੰਦੇ 14 ਸਾਲ ਤੋਂ ਘੱਟ ਦੇ ਜਿਹੜੇ ਬੱਚੇ ਆ 14 ਸਾਲਾਂ ਤੋਂ ਘੱਟ ਦੇ ਜਿਹੜੇ ਬੱਚੇ ਐ ਉਹਨਾਂ ਤੋਂ ਧੱਕੇ ਨਾਲ ਜਾਂ ਉਹਨਾਂ ਦੀ ਮਰਜ਼ੀ ਦੇ ਨਾਲ ਖਤਰਨਾਕ ਫੈਕਟਰੀਆਂ ਦੇ ਵਿੱਚ ਕੰਮ ਨਹੀਂ ਕਰਵਾਇਆ ਜਾ ਸਕਦਾ ਇਹ ਵੀ ਲਿਖਿਆ ਹੈ ਜੀ ਆਪਣੇ ਆਰਟੀਕਲ ਦੇ ਵਿੱਚ ਕਹਿੰਦੇ ਸਰ ਪੀਡੀਐਫ ਆਈ ਫੌਂਚ ਕਿੱਥੇ ਮਿਲੂਗੀ ਖੜਤਾ ਜਾਓ ਦੱਸ ਕੇ ਜਾਊਂਗਾ ਟੈਨਸ਼ਨ ਕਿਉਂ ਮੰਨਦੇ ਹੋ ਬੱਚਿਓ ਚਲੋ ਅੱਗੇ ਚੱਲਦੇ ਆਂ ਜੀ ਅੱਗੇ ਕਹਿੰਦੇ ਜੀ ਨੈਕਸਟ ਆਰਟੀਕਲ ਆ ਜੀ ਆਰਟੀਕਲ ਨੰਬਰ 30 ਆਰਟੀਕਲ ਨੰਬਰ 30 ਵੀ ਬੜਾ ਇੰਪੋਰਟੈਂਟ ਆ ਜੀ ਆਰਟੀਕਲ ਨੰਬਰ 30 ਵੀ ਬਹੁਤ ਇੰਪੋਰਟੈਂਟ ਆ ਜਿਹੜੇ ਕਹਿੰਦੇ ਨੀਂਦ ਆ ਰਹੀ ਹੈ ਨਾ 10 ਵਜ ਗਈ ਤੇ ਮੈਂ ਕਹਿੰਦਾ ਸੁਪਨੇ ਬਹੁਤ ਛੋਟੇ ਆ ਬਹੁਤ ਛੋਟੇ ਸੁਪਨੇ ਜੇ ਨੀਂਦ ਆ ਰਹੀ ਹੈ ਸੁਪਨੇ ਉਹ ਨਹੀਂ ਹੁੰਦੇ ਜਿਹੜੇ ਤੁਹਾਨੂੰ ਨੀਂਦ ਚ ਆਉਂਦੇ ਆ ਸੁਪਨੇ ਤਾਂ ਉਹ ਹੁੰਦੇ ਜਿਹੜੀ ਤੁਹਾਡੀ ਨੀਂਦ ਨਾ ਆਉਣ ਦੇਣ ਤੁਹਾਨੂੰ ਸੋਪਨੇ ਹੁੰਦੇ ਜੇ ਸੁਪਨੇ ਵੱਡੇ ਹਨ ਨੀਂਦ ਨਹੀਂ ਹੋਣੀ ਚਾਹੀਦੀ ਆਰਟੀਕਲ ਨੰਬਰ 30 ਰਾਈਟ ਆਫ ਮਿਨੋਰਟੀਜ਼ ਕਹਿੰਦੇ ਜਿਹੜੇ ਘੱਟ ਗਿਣਤੀਆਂ ਵਾਲੇ ਨੇ ਜਿਹੜੇ ਭਾਈ ਆਪਣੇ ਕੋਲੇ ਘੱਟ ਗਿਣਤੀਆਂ ਨੇ ਮਿਨੋਰਟੀਜ਼ ਨੇ ਹਿੰਦੂਆਂ ਨੂੰ ਛੱਡ ਕੇ ਬਾਕੀ ਸਾਰੇ ਧਰਮ ਮਿਨੋਰਟੀਜ਼ ਨੇ ਕਹਿੰਦੇ ਉਹਨਾਂ ਕੋਲੇ ਅਧਿਕਾਰ ਹੈ ਜੀ ਉਹ ਸਟੈਬਲਿਸ਼ ਕਰ ਸਕਦੇ ਆ ਜੀ ਆਪਦੇ ਸਿੱਖਿਆ ਦੇ ਅਦਾਰੇ ਐਜੂਕੇਸ਼ਨਲ ਇੰਸਟੀਟਿਊਸ਼ਨਸ ਕੀ ਕਰ ਸਕਦੇ ਆ ਸਟੈਬਲਿਸ਼ ਕਰ ਸਕਦੇ ਆ ਸਾਰੇ ਆਰਟੀਕਲ ਕਰਾ ਕੇ ਜਾਊਂਗਾ ਟੈਨਸ਼ਨ ਨਹੀਂ ਲੈਣੇ ਕਾ ਇਹ ਭਈ 3 ਨੰਬਰ ਆਰਟੀਕਲ ਤੇ ਲਿਖਿਆ ਹੋਇਆ 32 ਨੰਬਰ ਤੇ ਲਿਖਿਆ ਹੈ ਰਾਈਟ ਟੂ ਕਨਸਟੀਟਿਊਸ਼ਨਲ ਰੈਮਡੀਜ਼ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ਜੇ ਤੁਹਾਡਾ ਕੋਈ ਫੰਡਾਮੈਂਟਲ ਰਾਈਟ ਅਬੋਲਿਸ਼ ਕਰ ਰਿਹਾ ਜਿਉਂ ਤੇ ਕੋਈ ਧੱਕਾ ਕਰ ਰਿਹਾ ਤਾਂ ਆਰਟੀਕਲ 32 ਦੇ ਤਹਿਤ ਸਿੱਧੇ ਸੁਪਰੀਮ ਕੋਰਟ ਜਾਵੋ ਤੇ ਉਦੋਂ ਬਾਅਦ ਭਈ ਪੁਲਸ ਵਾਲੇ ਸੈਟਲ ਕਰਨਗੇ ਉਹ ਬੰਦੇ ਨੂੰ ਜਿਹਨੇ ਤੁਹਾਡੇ ਨਾਲ ਧੱਕਾ ਕੀਤਾ ਪੁਲਸ ਵਾਲਿਆਂ ਦੇ ਡੰਡੇ ਤੇ ਲਿਖਿਆ ਹੁੰਦਾ ਆਨ ਮਿਲੋ ਸਜਨਾ ਫਿਰ ਪੜ੍ਹਨਗੇ ਉਹਦੇ ਛੇਤਰ ਸਿੱਧਾ ਆਰਟੀਕਲ 32 ਦੇ ਤਹਿਤ ਉਹ ਜਾਇਓ ਜੀ ਕਿੱਥੇ ਸੁਪਰੀਮ ਕੋਰਟ ਦੇ ਵਿੱਚ ਅੱਗੇ ਚੱਲਦੇ ਆਂ ਜੀ ਅੱਗੇ ਆ ਗਿਆ ਜੀ ਡੀ ਪੀ ਐਸ ਪੀ ਅੱਗੇ ਕੀ ਆ ਗਿਆ ਆਪਣੇ ਕੋਲੇ ਪਾਰਟ ਨੰਬਰ ਚੌਥਾ ਨਾਮ ਹੈ ਜੀ ਡੀ ਪੀ ਐਸ ਪੀ ਪਾਰਟ ਨੰਬਰ ਚੌਥਾ ਨਾਮ ਹੈ ਜੀ ਡੀ ਪੀ ਐਸ ਪੀ ਆਰਟੀਕਲ ਨੰਬਰ 38 ਦੇ ਵੱਲ ਨੇ ਅਮ ਨਿਗਾਹ ਮਾਰਦੇ ਆਂ ਜੀ ਇਨਸ਼ੋਰ ਸੋਸ਼ਲ ਪੋਲੀਟੀਕਲ ਐਂਡ ਇਕਨੋਮਿਕ ਜਸਟਿਸ ਇੱਥੋਂ ਪਤਾ ਲੱਗਦਾ ਜੀ ਤਿੰਨ ਤਰੀਕੇ ਦਾ ਜਸਟਿਸ ਆਪਣੇ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਕਿੰਨੇ ਤਰੀਕੇ ਦਾ ਜੀ ਤਿੰਨ ਤਰੀਕੇ ਦਾ ਜਸਟਿਸ ਲਿਖਿਆ ਹੋਇਆ ਆਪਣੇ ਸੰਵਿਧਾਨ ਦੇ ਵਿੱਚ ਕਹਿੰਦੇ ਭਾਈ ਸੋਸ਼ਲ ਸਮਾਜਿਕ ਪੋਲਿਟੀਕਲ ਰਾਜਨੀਤਿਕ ਇਕਨੋਮਿਕ ਆਰਥਿਕ ਤਿੰਨ ਤਰੀਕੇ ਦਾ ਨਿਆਂ ਆਰਟੀਕਲ 38 ਦੇ ਵਿੱਚ ਲਿਖਿਆ ਹੈ ਡੀਪੀਐਸਪੀ ਤੱਕੇ ਨਾਲ ਨਹੀਂ ਮੰਗ ਸਕਦੇ ਆਪਾਂ ਇਹ ਨਹੀਂ ਕਹਿ ਸਕਦੇ ਸਾਡਾ ਹੱਕ ਇੱਥੇ ਰੱਖ ਫੰਡਾਮੈਂਟਲ ਰਾਈਟ ਕਹਿ ਸਕਦੇ ਆਂ ਡੀਪੀਐਸਪੀ ਦਾ ਐ ਕਰ ਲਿਓ ਦੇ ਦਿਓ ਜੀ ਜੇ ਦੇਤੀ ਸਟੇਟ ਨੇ ਠੀਕ ਆ ਜੇ ਨਾ ਮਿਲੀ ਕੋਈ ਗੱਲ ਨਹੀਂ ਜੀ ਸਸੇਕਾਲ ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਆ ਜੀ ਡੀਪੀਐਸਪੀ ਆਰਟੀਕਲ ਨੰਬਰ 39ਏ ਤੇ ਲਿਖਿਆ ਜੀ ਇਕੁਅਲ ਜਸਟਿਸ ਐਂਡ ਫਰੀ ਲੀਗਲ ਐ ਤੇ ਬਰਾਬਰ ਦੀ ਮੁਫਤ ਕਾਨੂੰਨੀ ਸਹਾਇਤਾ ਮਿਲਣੀ ਚਾਹੀਦੀ ਹੈ ਇਹ ਵੀ ਸਾਰਿਆਂ ਨੂੰ ਪਤਾ ਹੋਣਾ ਮਿੰਦੀ ਵਾਲੀ ਸਟੋਰੀ ਮੈਂ ਸੁਣਾਈ ਹੋਈ ਹੈ ਚਲੋ ਜੀ ਆਰਟੀਕਲ ਨੰਬਰ 40 ਚ ਲਿਖਿਆ ਹੋਇਆ ਜੀ ਵਿਲੇਜ ਪੰਚਾਇਤ ਨਾਲ ਸੰਬੰਧਿਤ ਹੈ ਟੂ ਆਰਗੇਨਾਈਜ਼ ਵਿਲੇਜ ਪੰਚਾਇਤ ਆਰਟੀਕਲ ਨੰਬਰ 40 ਦੇ ਵਿੱਚ ਲਿਖਿਆ ਹੋਇਆ ਜੀ 43 ਚ ਲਿਖਿਆ ਡਿਊਟੀ ਆਫ ਸਟੇਟ ਟੂ ਇੰਪਰੂਵ ਦਾ ਹੈਲਥ ਆਫ ਸਿਟੀਜ਼ਨਸ ਕਹਿੰਦੇ ਸਟੇਟ ਦੀ ਜ਼ਿੰਮੇਵਾਰੀ ਹੈ ਜੀ ਸਟੇਟ ਦੀ ਜ਼ਿੰਮੇਵਾਰੀ ਹੈ ਆਪ ਦੇ ਸਿਟੀਜ਼ਨਸ ਦੀ ਭਾਈ ਹੈਲਥ ਨੂੰ ਕਹਿੰਦੇ ਸੌਰੀ ਉਹਦੀ ਹੈਲਥ ਦਾ ਧਿਆਨ ਰੱਖਣਾ ਇੰਪਰੂਵ ਕਰਨਾ ਹੈਲਥ ਨੂੰ ਉਹਦੇ ਨਾਲ ਸੰਬੰਧਿਤ ਸਕੀਮਾਂ ਲੈ ਕੇ ਆਉਣੀਆਂ ਆਰਟੀਕਲ ਨੰਬਰ 43 ਆ ਜੀ 44 ਚਾ ਜੀ ਯੂਨੀਫਾਰਮ ਸਿਵਲ ਕੋਡ ਆ ਦੋ ਜਵਾਕ ਨਿੱਕੇ ਨਿੱਕੇ ਸਕੂਲ ਭੇਜੇ ਇਹ ਦੋਵੇਂ ਇੱਕੋ ਜਿਹੇ ਇਹਨਾਂ ਦੀਆਂ ਮੰਮੀਆਂ ਨਹੀਂ ਪਛਾਣ ਪਾ ਰਹੀਆਂ ਤੇ ਭਾਈ ਕਿਉਂ ਕਿਉਂਕਿ ਇਹਨਾਂ ਨੇ ਸਕੂਲ ਦੀ ਵਰਦੀ ਪਾ ਚੁੱਕੇ ਆ ਜੀ ਸਕੂਲ ਦੀ ਵਰਦੀ ਜਿੱਕੋ ਜੇ ਲੱਗ ਰਿਆ ਆ ਦੋਵੇਂ ਚੌਕਿਆਂ ਨੇ ਵਰਦੀ ਪਾਈ ਹੋਈ ਆ ਇਸ ਕਰਕੇ ਇੱਕੋ ਜਿਹਾ ਲੱਗ ਰਿਹਾ 44 ਦੇ ਵਿੱਚ ਵਰਦੀ ਤੋਂ ਯਾਦ ਰੱਖਿਓ ਯੂਨੀਫਾਰਮ ਸਿਵਲ ਕੋਡ ਇਹ ਕਿੱਥੇ ਲਾਗੂ ਹੋਇਆ ਹੋਇਆ ਜੀ ਇਹ ਗੱਲ ਲਾਗੂ ਹੋਇਆ ਹੋਇਆ ਜੀ ਸਾਡੇ ਕੋਲੇ ਭਾਈ ਗੋਆ ਦੇ ਵਿੱਚ ਇਹ ਗੱਲ ਪੁੱਛ ਇਹ ਗੱਲ ਪੁੱਛਾਂ ਬੁਰਾ ਤਾਂ ਨਹੀਂ ਮੰਨੋਗੇ ਇਹ ਗੱਲ ਪੁੱਛਦਾ ਬੁਰਾ ਤਾਂ ਨਹੀਂ ਮੰਨੋਗੇ ਆਰਟੀਕਲ 45 ਮੈਨੂੰ ਜਾਂਦੇ ਹੋਏ ਕਮੈਂਟਾਂ 'ਚ ਦੱਸ ਕੇ ਜਾਇਓਗੀ ਹੈ ਆਰਟੀਕਲ 45 ਮੈਨੂੰ ਜਾਂਦੇ ਹੋਏ ਕਮੈਂਟਾਂ ਦੇ ਵਿੱਚ ਦੱਸ ਕੇ ਜਾਇਓ ਕੀ ਹੈ ਇਹ ਮੈਂ ਨਹੀਂ ਦੱਸੂਗਾ ਆਰਟੀਕਲ ਨੰਬਰ 48 ਤੇ ਹੁੰਨੇ ਆ ਜੀ ਆਰਟੀਕਲ 48 ਹੈ ਜੀ ਆਰਗੇਨਾਈਜ਼ਡ ਐਗਰੀਕਲਚਰ ਐਂਡ ਐਨੀਮਲ ਹਸਬੈਂਡਰੀ ਪਸ਼ੂ ਪਾਲਣ ਨੂੰ ਬਚਾ ਕੇ ਰੱਖਣਾ ਪਸ਼ੂਆਂ ਨੂੰ ਬਚਾ ਕੇ ਰੱਖਣਾ ਗਾਵਾਂ ਬੱਚੀਆਂ ਉਹਨਾਂ ਨੂੰ ਬਚਾ ਕੇ ਰੱਖਣਾ ਤੇ ਨਾਲ ਖੇਤੀਬਾੜੀ ਨੂੰ ਵੀ ਇੰਪਰੂਵ ਕਰਨਾ ਇਹ ਵੀ ਡਿਊਟੀ ਬਣਦੀ ਹੈ ਜੀ ਸਟੇਟ ਦੀ 48 ਨੰਬਰ ਆਰਟੀਕਲ ਤੇ ਲਿਖਿਆ ਹੋਇਆ ਚਲੋ 51 ਨੰਬਰ ਆਰਟੀਕਲ ਤੇ ਲਿਖਿਆ ਜੀ ਪ੍ਰੋਮੋਸ਼ਨ ਆਫ ਇੰਟਰਨੈਸ਼ਨਲ ਪੀਸ ਐਂਡ ਸਿਕਿਉਰਿਟੀ ਅੰਤਰਰਾਸ਼ਟਰੀ ਸੁਰੱਖਿਆ ਤੇ ਅੰਤਰਰਾਸ਼ਟਰੀ ਸ਼ਾਂਤੀ ਨੂੰ ਕਹਿੰਦੇ ਭਾਈ ਪ੍ਰੋਮੋਟ ਕਰਨਾ ਉਹਨੂੰ ਕੀ ਕਰਨਾ ਜੀ ਪ੍ਰੋਮੋਟ ਕਰਨਾ ਬਹੁਤ ਬਹੁਤ ਲਾਜਵਾਬ ਬਹੁਤ ਬਹੁਤ ਸ਼ਾਨਦਾਰ ਅੱਗੇ ਚੱਲਦੇ ਹਾਂ ਜੀ ਕਹਿੰਦੇ ਭਾਗ ਨੰਬਰ ਚੌਥਾ ਪੰਜਾਬੀ ਚ ਵੀ ਲੈ ਕੇ ਆਇਆ ਪੰਜਾਬੀ ਵਾਲਿਆਂ ਨੂੰ ਟੈਨਸ਼ਨ ਨਹੀਂ ਹੋਣੀ ਚਾਹੀਦੀ ਕਿਉਂਕਿ ਪੰਜਾਬੀ ਇਜ਼ਮਾਈ ਬ੍ਰਦਰ ਇੱਥੋਂ ਪਿਆਰ ਆ ਪੰਜਾਬੀਆਂ ਦਾ ਇੱਥੋਂ ਪੰਜਾਬੀ ਪੰਜਾਬ ਪੰਜਾਬੀਆਂ ਜਿੰਦਾਬਾਦ ਠੀਕ ਹੈ ਚਲੋ ਅੱਗੇ ਚੱਲਦੇ ਹਾਂ ਜੀ ਪੰਜਾਬੀਆਂ ਵਾਸਤੇ ਸਾਰਾ ਕੁਝ ਲੈ ਕੇ ਆਏ ਆ ਆਰਟੀਕਲ ਨੰਬਰ 51 A ਦੇ ਵਿੱਚ ਕੀ ਹੈ ਜੀ ਫੰਡਾਮੈਂਟਲ ਡਿਊਟੀਆਂ ਆਰਟੀਕਲ ਨੰਬਰ 51 A ਦੇ ਵਿੱਚ ਦੋਸਤੋ ਕੀ ਹੈ ਜੀ ਫੰਡਾਮੈਂਟਲ ਡਿਊਟੀਆਂ ਨੇ ਇਹਦੇ ਵਿੱਚ ਫੰਡਾਮੈਂਟਲ ਡਿਊਟੀਆਂ ਪਹਿਲਾਂ ਸੀਗੀਆਂ ਦੋਸਤੋ 10 ਹੁਣ ਹੋ ਗਈਆਂ ਜੀ 11 ਸਵਰਨ ਸਿੰਘ ਕਮੇਟੀ ਨੇ ਕਹਿੰਦੇ ਸਪਾਰਿਸ਼ ਦੇ ਨਾਲ ਫੰਡਾਮੈਂਟਲ ਡਿਊਟੀ ਭਾਰੇ ਦੇ ਸੰਵਿਧਾਨ ਚ ਐਡ ਕੀਤੀਆਂ ਗਈਆਂ ਸੀ 52 ਨੰਬਰ ਆਰਟੀਕਲ ਤੇ ਲਿਖਿਆ ਹੈ ਜੀ ਦਾ ਪ੍ਰੈਜ਼ੀਡੈਂਟ ਆਫ ਇੰਡੀਆ ਥੇਅਰ ਸ਼ਲ ਬੀ ਆ ਪ੍ਰੈਜ਼ੀਡੈਂਟ ਆਫ ਇੰਡੀਆ ਇਹ ਲਿਖਿਆ ਹੈ ਜੀ 52 ਨੰਬਰ ਆਰਟੀਕਲ ਦੇ ਵਿੱਚ 53 ਨੰਬਰ ਆਰਟੀਕਲ ਤੇ ਲਿਖਿਆ ਜੀ ਇਲੈਕਸ਼ਨ ਆਫ ਅ ਪ੍ਰੈਜ਼ੀਡੈਂਟ ਪ੍ਰੈਜ਼ੀਡੈਂਟ ਦੇ ਇਲੈਕਸ਼ਨ ਦੀ ਗੱਲ ਕੀਤੀ ਗਈ ਹੈ ਦੋਸਤੋ ਇੰਪੋਰਟੈਂਟ ਇੰਪੋਰਟੈਂਟ ਕਰਾਂਗਾ ਫालतू ਮੱਥਾ ਨਹੀਂ ਮਾਰਾਂਗੇ ਇੰਪੋਰਟੈਂਟ ਇੱਕ ਹੋਰ ਆ ਉਹ ਰਹਿ ਗਿਆ ਆਰਟੀਕਲ ਨੰਬਰ 60 ਦੇ ਵਿੱਚ ਲਿਖਿਆ ਹੈ ਜੀ ਓਥ ਆਫ ਪ੍ਰੈਜ਼ੀਡੈਂਟ ਰਾਸ਼ਟਰਪਤੀ ਦੀ ਸੌਂ ਕਾਹਤ ਲਿਖੀ ਹੋਈ ਹੈ ਜੀ 60 ਨੰਬਰ ਆਰਟੀਕਲ ਤੇ ਲਿਖੀ ਹੈ ਦੇਖੋ ਯਾਦ ਕਿਵੇਂ ਰੱਖੋਗੇ ਆ 60 ਦੇ ਵਿੱਚ ਜ਼ੀਰੋ ਆ ਤੇ ਓਥ ਦੇ ਵਿੱਚ ਵੀ ਜ਼ੀਰੋ ਵਰਗੀ ਓ ਆ ਆ ਦੋਵੇਂ ਇੱਕੋ ਜੀਆਂ ਤੂੰ ਮੇਰਾ ਭਾਈ ਮੈਂ ਤੇਰਾ ਭਾਈ ਆਹ ਲੋ ਜੀ ਓਥ ਯਾਦ ਰੱਖ ਲਿਓ 60 ਨੰਬਰ ਆਰਟੀਕਲ ਦੇ ਵਿੱਚ ਆਗੇ ਚੱਲਦੇ ਹਾਂ ਜੀ 61 ਨੰਬਰ ਆਰਟੀਕਲ ਦੇ ਵਿੱਚ ਕੀ ਆ ਜ ਕਾਰਡ ਨੰਬਰ ਆਰਟੀਕਲ ਦੇ ਵਿੱਚ ਆ ਜੀ ਕਹਿੰਦੇ ਪ੍ਰੋਸੀਜਰ ਫੋਰ 임ਪੀਚਮੈਂਟ ਆਫ ਦਾ ਪ੍ਰੈਜ਼ੀਡੈਂਟ 임ਪੀਚਮੈਂਟ ਦੀ ਗੱਲ ਕੀਤੀ ਹੈ ਜੀ ਰਾਸ਼ਟਰਪਤੀ ਦੀ ਕਾਰਡ ਨੰਬਰ ਦੇ ਵਿੱਚ ਆ ਦੇਖੋ ਕਾਰਡ ਦੇ ਵਿੱਚ ਏ ਕਾ ਗਨ ਹਾਂਜੀ ਸਰ ਏ ਕਾ ਇਧਰ 임ਪੀਚਮੈਂਟ ਦੇ ਵਿੱਚ ਵੀ ਆਈ ਏ ਕੇ ਵਰਗੀ ਹੈ ਨਾ ਹਾਂਜੀ तू मेरा भाई मैं तेरा भाई एको जे होगे कि नहीं होगे होगे जी इस कर के याद रखियो भाई आर्टिकल नंबर 61 लिखया जी इम्पिचेमेंट लिखियो ये राष्ट्रपति दी ओदु बार आर्टिकल नंबर 63 ਦੇ ਵਿੱਚ ਕੀ ਲਿਖਿਆ ਜੀ ਦਾ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ देयर शल बी ਅ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਅਮਰੀਕਾ ਤੋਂ ਲੈ ਕੇ ਆਇਆ ਵਾਈਸ ਪ੍ਰੈਜ਼ੀਡੈਂਟ ਆਪਾਂ ਜਿਹੜਾ ਆਪਣੇ ਇੰਡੀਆ ਦੇ ਵਿੱਚ ਚੁਣਿਆ ਜਾਂਦਾ ਜੀ ਠੀਕ ਹੈ ਇਹ 63 ਨੰਬਰ ਦੇ ਵਿੱਚ ਆ ਜੀ 64 ਨੰਬਰ ਦੇ ਵਿੱਚ ਕੀ ਹੈ ਜੀ ਇਲੈਕਸ਼ਨ ਆਫ ਵਾਈਸ ਪ੍ਰੈਜ਼ੀਡੈਂਟ ਅਰੇ ਸਰ ਮਜ਼ਾ ਆ ਗਿਆ ਇੱਕ ਇੱਕ ਕਲਾਸ ਦੀ ਸਾਰੇ ਆਰਟੀਕਲ ਸਵਾਦ ਆ ਰਿਹਾ ਇੱਕ ਵਾਰੀ ਲਾਈਕ ਆਲਾ ਬਟਨ ਦਬਾ ਦਿਓ 1300 ਬੱਚਾ ਲਾਈ ਬੈਠਾ ਇੱਕ ਵਾਰੀ ਲਾਈਕ ਆਲਾ ਦਬਾ ਦਿਓ ਜੇ ਮਜ਼ਾ ਆ ਰਿਹਾ ਤਾਂ ਉਸ ਤੋਂ ਬਾਅਦ ਚੱਲਦੇ ਹਾਂ ਜੀ ਆਰਟੀਕਲ ਨੰਬਰ 72 ਦੇ ਵਿੱਚ 72 ਦੇ ਵਿੱਚ ਆ ਜੀ ਪਾਰਡਨ ਪਾਵਰ ਤੁਸੀਂ ਕਤਲ ਕਰ ਦੋ ਕਤਲ ਕਰ ਦੋ ਕਿਸੇ ਦਾ ਗਾਟਾ ਲਾ ਕੇ ਪਰ੍ਹਾਂ ਮਾਰੋ ਫਾਂਸੀ ਦੀ ਸਜ਼ਾ ਸੁਨਾਤੀ ਜੱਜ ਨੇ ਜੱਜ ਨੇ ਕਿਹਾ ਦਫਾ 302 ਦੇ ਤਹਿਤ ਫਲਾਣੇ ਫਲਾਣੇ ਮੁਜਰਮ ਕੋ ਫਾਂਸੀ ਦੀ ਸਜ਼ਾ ਸੁਣਾਈ ਦਿੱਤੀ ਹੈ ਐ ਕਰਕੇ ਪਾਈ ਉਹਨੇ ਪੈਨ ਤੋੜਦਾ ਤੇ ਉਹ ਸਜ਼ਾ ਨੂੰ ਕੌਣ ਮਾਫ ਕਰੂਗਾ ਉਹ ਸਜ਼ਾ ਨੂੰ ਕੌਣ ਮਾਫ ਕਰੂਗਾ ਜੀ ਉਹ ਸਜ਼ਾ ਨੂੰ ਮਾਫ ਕਰੂਗਾ ਦੋਸਤੋ ਰਾਸ਼ਟਰਪਤੀ ਉਹ ਸਜ਼ਾ ਨੂੰ ਕਟਾਹ ਕੌਣ ਸਕਦਾ ਰਾਸ਼ਟਰਪਤੀ ਆਰਟੀਕਲ ਨੰਬਰ 72 ਦੇ ਵਿੱਚ ਲਿਖਿਆ ਹੈ ਜੀ ਪਾਰਡਨ ਪਾਵਰ ਆਫ ਪ੍ਰੈਜ਼ੀਡੈਂਟ ਪਾਰਡਨ ਪਾਵਰ ਆਫ ਪ੍ਰੈਜ਼ੀਡੈਂਟ ਆਰਟੀਕਲ ਨੰਬਰ 74 ਦੇ ਵਿੱਚ ਕੀ ਲਿਖਿਆ ਜੀ ਕਾਉਂਸਲ ਆਫ ਮਿਨਿਸਟਰ ਐਂਡ ਐਡਵਾਈਜ਼ ਦਾ ਪ੍ਰੈਜ਼ੀਡੈਂਟ ਕਹਿੰਦੇ ਭਾਈ ਕੌਂਸਲਰ ਮਿਨਿਸਟਰ ਦੀ ਗੱਲ ਕੀਤੀ ਗਿਆ ਜੀ 74 ਨੰਬਰ ਆਰਟੀਕਲ ਦੇ ਵਿੱਚ ਮਜ਼ਾ ਆ ਰਿਹਾ ਲਾਈਕ ਆ ਬਟਨ ਦਬਾ ਦਿਓ 74 ਨੰਬਰ ਆਰਟੀਕਲ ਚ ਕਾਦੀ ਗੱਲ ਕੀਤੀ ਹੈ ਚਲੋ ਉਸ ਤੋਂ ਬਾਅਦ 51 ਇਹ ਸਾਰਾ ਕੁਝ ਪੰਜਾਬੀ ਚ ਹੈ ਜੀ ਸਭ ਕੁਝ ਪੰਜਾਬੀ ਚ ਮੈਂ ਪਹਿਲਾਂ ਕਿਹਾ ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ ਟੈਨਸ਼ਨ ਨਹੀਂ ਲੈਣੇ ਕਾ ਮਜ਼ਾ ਆਊਗਾ ਅੱਗੇ ਚੱਲਦੇ ਆਂ ਅੱਧਾ ਘੰਟਾ ਬਾਲਾ ਨਹੀਂ ਸਿਰਫ ਅੱਧਾ ਘੰਟਾ ਲੱਗੂਗਾ ਟੈਨਸ਼ਨ ਨਾ ਮੰਨੋ ਆਰਟੀਕਲ ਨੰਬਰ 76 ਦੇ ਵਿੱਚ ਹੈ ਜੀ ਆਟਾਰਨੀ ਜਰਨਲ ਆਫ ਇੰਡੀਆ ਆਟਾਰਨੀ ਜਰਨਲ ਆਫ ਇੰਡੀਆ ਆਰਟੀਕਲ ਨੰਬਰ 76 ਦੇ ਵਿੱਚ ਲਿਖਿਆ ਹੋਇਆ ਜੀ ਸਭ ਤੋਂ ਵੱਡਾ ਕਾਨੂੰਨ ਅਧਿਕਾਰੀ ਆਪਣੇ ਮੁਲਕ ਦਾ ਆਪਣੇ ਮੁਲਕ ਦੀ ਸਰਕਾਰ ਜਿਹੜੀ ਦੇਸ਼ ਦੀ ਸਰਕਾਰ ਹੈ ਅਗਰ ਉਹਦਾ ਕੋਈ ਕਾਨੂੰਨ ਦਾ ਅਧਿਕਾਰੀ ਹੈ ਉਹ ਦੇਸ਼ ਦੀ ਸਰਕਾਰ ਨੂੰ ਕਾਨੂੰਨੀ ਮਸਲੇ ਤੇ ਸਲਾਹ ਚਾਹੀਦੀ ਹੈ ਅਟਾਰਨੀ ਜਰਨਲ ਦਿੰਦਾ ਜੀ ਇਹਨੂੰ ਚੁਣਦਾ ਕੋਣ ਹੈ ਰਾਸ਼ਟਰਪਤੀ 79 ਦੇ ਵਿੱਚ ਪਾਰਲੀਮੈਂਟ ਆ ਜੀ 79 ਦੇ ਵਿੱਚ ਕੀ ਆ ਜੀ ਪਾਰਲੀਮੈਂਟ 80 ਨੰਬਰ ਆਰਟੀਕਲ ਹੈ ਜੀ ਕੰਪੋਜੀਸ਼ਨ ਆਫ ਰਾਜ ਸਭਾ ਰਾਜ ਸਭਾ ਵੱਡੀ ਆ ਪਹਿਲਾਂ ਆ ਗਈ 79 ਚ ਪਾਰਲੀਮੈਂਟ ਆ ਰਾਜ ਸਭਾ ਲੋਕ ਸਭਾ ਤੋਂ ਵੱਡੀ ਆ ਇਹ ਪਹਿਲਾਂ ਆ ਗਈ ਤੇ 81 ਚ ਲੋਕ ਸਭਾ ਆ ਗਈ ਪਿੱਛੇ ਪਿੱਛੇ ਆ ਜੀ ਟੂ ਡਾਲ ਡਾਲ ਮੈਂ ਪਾਥ ਪਾਥ ਤੂੰ ਡਾਲ ਡਾਲ ਮੈਂ ਪਾਤ ਪਾਤ 81 ਦੇ ਵਿੱਚ ਆ ਦੋਸਤੋ ਉਹਦੇ ਬਾਅਦ 93 ਨੰਬਰ ਦੇ ਵਿੱਚ ਚੱਲਦੇ ਹਾਂ ਜੀ 93 'ਚ ਲਿਖਿਆ ਦਾ ਸਪੀਕਰ ਐਂਡ ਡਿਪਟੀ ਸਪੀਕਰ ਹਾਏ ਰੱਬਾ ਸਪੀਕਰ ਇੱਕ ਇਹੋ ਜਿਹਾ ਪੋਸਟ ਆ ਜੀ ਇਹੋ ਜਿਹਾ ਬੰਦਾਗਾ ਇਹਦਾ ਨਾਮ ਸਪੀਕਰ ਆ ਵਿਚਾਰੇ ਦਾ ਪਰ ਇਹ ਬੋਲਦਾ ਨਹੀਂ ਇਹ ਸਾਰਾ ਦਿਨ ਚੁੱਪ ਹੀ ਕਰਾਉਂਦਾ ਲੋਕਾਂ ਨੂੰ ਉਹ ਬਹਿ ਜਾ ਬਹਿ ਜਾ ਬੀਬਾ ਤੂੰ ਬਹਿ ਜਾ ਉਹ ਭਾਈ ਤੂੰ ਬਹਿ ਜਾ ਤੂੰ ਬੋਲ ਲੈਣ ਤੇ ਤੇਰੀ ਵਾਰੀ ਖਤਮ ਸਪੀਕਰ ਨਾਮ ਪਰ ਕਰਾਉਂਦਾ ਚੁੱਪੀ ਆ ਵਿਚਾਰਾ ਜੀ ਠੀਕ ਹੈ ਦਸ ਸਪੀਕਰ ਐਂਡ ਡਿਫਟੀ ਸਪੀਕਰ 93 ਨੰਬਰ ਦੇ ਵਿੱਚ ਆਰਟੀਕਲ 110 ਦੇ ਵਿੱਚ ਕੀ ਹੈ ਜੀ ਡੈਫੀਨੇਸ਼ਨ ਆਫ ਮਨੀ ਬਿੱਲ ਪੰਜਾਬ ਦੇ ਪੇਪਰ ਬਣਾਉਣ ਵਾਲੇ ਦਾ ਫੇਵਰੇਟ ਸਵਾਲ ਆਰਟੀਕਲ ਨੰਬਰ 110 ਦੇ ਵਿੱਚ ਹੈ ਜੀ ਡੈਫੀਨੇਸ਼ਨ ਆਫ ਮਨੀ ਬਿੱਲ 112 ਦੇ ਵਿੱਚ ਕੀ ਹੈ ਜੀ 112 ਦੇ ਵਿੱਚ ਹੈ ਜੀ ਐਨੂਅਲ ਫਾਈਨੈਂਸ਼ੀਅਲ ਬਜਟ ਐਨੂਅਲ ਫਾਈਨੈਂਸ਼ੀਅਲ ਬਜਟ ਭਾਈ ਆਪਣੇ ਦੇਸ਼ ਦਾ ਬਜਟ ਜਿਹੜਾ ਹੈ ਉਹ ਤਿਆਰ ਹੁੰਦਾ ਫਰਵਰੀ ਮਹੀਨੇ ਚ ਬਜਟ ਸੈਸ਼ਨ ਲੱਗਦਾ ਤੇ ਉਹ ਕਹਿੰਦੇ 112 ਨੰਬਰ ਆਰਟੀਕਲ ਦੇ ਵਿੱਚ 123 ਦੇ ਵਿੱਚ ਕੀ ਹੈ ਜੀ ਆਰਡੀਨੈਂਸ ਪਾਵਰ ਆਫ ਪ੍ਰੈਜ਼ੀਡੈਂਟ ਯਾਦ ਕਰਾਦਾ ਸਾਰੇ ਘਰੇ ਬੈਠੇ ਆ ਸੰਸਦ ਵਾਲੇ ਸਾਰੇ ਘਰੇ ਬੈਠੇ ਆਪਣੇ ਲੋਕ ਸਭਾ ਦੇ ਮੈਂਬਰ ਇੱਕ ਦਮ ਲੋੜ ਪੈ ਗਈ ਸਿਆਪਾ ਪੈ ਗਿਆ ਰਾਤੋਂ ਰਾਤ ਭਾਈ ਰਾਤੋਂ ਰਾਤ ਕਲਾੜੀ ਚ ਬਾਹ ਫਸ ਗਈ ਕੋਈ ਨਾ ਕੋਈ ਕਾਨੂੰਨ ਬਣਾਉਣਾ ਪਊਗਾ ਰਾਸ਼ਟਰਪਤੀ ਨੇ ਕੱਜਾ ਪੇ ਚੱਕਿਆ ਤੇ ਚੱਕ ਤੱਕ ਜੀ ਚੱਕ ਆ ਚੱਕ ਤੱਕ ਕਾਨੂੰਨ ਬਣਾਤਾ ਬਣਾਤਾ ਕਾਨੂੰਨ ਹੀ ਲੋੜ ਸੀ ਕਰਨ ਦੀ ਕਾਨੂੰਨ ਬਣ ਗਿਆ ਤੇ ਰਾਸ਼ਟਰਪਤੀ ਨੇ ਕੀ ਕੀਤਾ ਰਾਸ਼ਟਰਪਤੀ ਨੇ ਕਾਨੂੰਨ ਬਣਾਤਾ ਹੁਣ ਜਦੋਂ ਲੋਕ ਸਭਾ ਬੈਠੂਗੀ ਉਦੋਂ ਵਾਕਿਓ ਤੇ ਚੈੱਕ ਕਰ ਲੂਗੀ ਜੇ ਠੀਕ ਆ ਤਾਂ ਪਾਸ ਕਰ ਦੂ ਜੇ ਮਾੜਾ ਹੋਇਆ ਤਾਂ ਗਲਤ ਕਰ ਦੂਗੀ ਤੇ ਇਹਦਾ ਮਤਲਬ ਯਾਦ ਕਰਨ ਦਾ ਤਰੀਕਾ ਕੀ ਹੈ ਰਾਸ਼ਟਰਪਤੀ ਸੁੱਤਾ ਪਿਆ ਹੀ ਫੋਨ ਆ ਰਾਸ਼ਟਰਪਤੀ ਨੂੰ ਹੈਲੋ ਹਾਂਜੀ ਕੀ ਹੋ ਗਿਆ ਉਹ ਯਾਰ ਐ ਇੱਕ ਵਾਰ ਕੇ ਪੰਗਾ ਪੈ ਗਿਆ ਛੇਤੀ ਗਰਮੈਂਟ ਮਾਰ ਕਾਨੂੰਨ ਪਾਸ ਕਰ ਦੇ ਕਿਵੇਂ ਬਸ ਸੁਣੀ ਜਾਣਾ ਹੁਣ ਜਾਣਾ ਬਾਈ ਬਣ ਕੇ ਛੇਤੀ ਗੜ ਇੱਕ ਦੋ ਤਿੰਨ ਇੱਕ ਦੋ ਤਿੰਨ ਉੱਠ ਕੇ ਬਣਾ ਦੇ ਕਾਨੂੰਨ ਇੱਕ ਦੋ ਤਿੰਨ ਆਰਟੀਕਲ 1 2 3 ਆਰਡੀਨੈਂਸ ਪਾਵਰ ਆ ਜੀ ਇਹਨੂੰ ਕਹਿੰਦੇ ਆ ਜੀ ਆਰਡੀਨੈਂਸ ਪਾਵਰ ਦੋਸਤੋ ਆਰਟੀਕਲ ਨੰਬਰ 124 ਦੇ ਵਿੱਚ ਕੀ ਹੈ ਜੀ ਇਸਟੈਬਲਿਸ਼ਮੈਂਟ ਆਫ ਸੁਪਰੀਮ ਕੋਰਟ ਆਰਟੀਕਲ ਨੰਬਰ 124 ਦੇ ਵਿੱਚ ਕੀ ਹੈ ਜੀ ਇਸਟੈਬਲਿਸ਼ਮੈਂਟ ਆਫ ਸੁਪਰੀਮ ਕੋਰਟ ਆਰਟੀਕਲ ਨੰਬਰ 142014 ਦੇ ਵਿੱਚ ਕੀ ਹੈ ਜੀ ਹਾਈ ਕੋਰਟ ਆ ਭਾਈ 124 214 1 2 ਕਾ 4 2 1 ਕਾ 4 1 2 ਕਾ 4 2 4 ਕਾ 1 ਮਾਈ ਨੇਮ ਇਜ਼ ਲਖਨ ਸੁਨੇਗਾ ਨਾ ਯਾਦ ਰੱਖਿਓ ਚਲੋ ਅੱਗੇ ਚੱਲਦੇ ਆਂ ਜੀ ਅੱਗੇ ਚੱਲਦੇ ਆਂ ਦੋਸਤੋ ਨੈਕਸਟ ਵੇਖਦੇ ਆਂ ਨੈਕਸਟ ਵੇਖਦੇ ਆਂ ਆ ਪੰਜਾਬੀ ਸਾਰੇ ਪੰਜਾਬ ਪੰਜਾਬੀ ਪੰਜਾਬੀ ਹਯਤ ਜਿੰਦਾਬਾਦ ਠੀਕ ਹੈ ਜੀ ਆ ਗਿਆ ਜੀ ਆਪਣੇ ਕੋਲੇ ਦੁਬਾਰਾ ਫੇਰ ਪੰਜਾਬੀ ਲਿਖਿਆ ਹੋਇਆ ਆਰਟੀਕਲ ਨੰਬਰ 153 ਦੇ ਵਿੱਚ ਕੀ ਲਿਖਿਆ ਹੋਇਆ ਜੀ گورنر ਆਫ ਦਾ ਸਟੇਟ ਆਰਟੀਕਲ ਨੰਬਰ 153 ਦੇ ਵਿੱਚ ਕੀ ਲਿਖਿਆ ਹੋਇਆ ਜੀ گورنر ਆਫ ਦਾ ਸਟੇਟ ਆਰਟੀਕਲ ਨੰਬਰ 165 ਦੇ ਵਿੱਚ ਕੀ ਲਿਖਿਆ گورنر ਕੌਣ ਆ ਪਤਾ ਰਾਸ਼ਟਰਪਤੀ ਇਸ ਦਾ ਪਾਪਾ ਆਫ ਆਵਰ ਕੰਟਰੀ ਆਪਣੇ ਮੁਲਕ ਦਾ ਪਾਪਾ ਕੌਣ ਹੈ ਰਾਸ਼ਟਰਪਤੀ ਉਵੇਂ ਹੀ ਉਵੇਂ ਹੀ گورنر ਇਸ ਦਾ ਪਾਪਾ ਆਫ ਆਵਰ ਸਟੇਟ ਠੀਕ ਹੈ ਬੱਚਿਓ ਇਹ 153 ਦੇ ਵਿੱਚ ਹੈ ਜੀ 165 ਦੇ ਵਿੱਚ ਕੀ ਹੈ ਜੀ ਐਡਵੋਕੇਟ ਜਰਨਲ ਆਫ ਸਟੇਟ ਅਟਾਰਨੀ ਪੜਿਆ ਸੀ ਨਾ 76 ਦੇ ਵਿੱਚ ਉਹ ਦੇਸ਼ ਦਾ ਸਭ ਤੋਂ ਵੱਡਾ ਕਾਨੂੰਨ ਅਧਿਕਾਰੀ ਸੀ ਇਹ ਸਟੇਟ ਦਾ ਕਾਨੂੰਨ ਅਧਿਕਾਰੀ ਆ ਜੀ 165 ਦੇ ਵਿੱਚ ਕੀ ਆ ਜੀ ਐਡਵੋਕੇਟ ਜਰਨਲ ਆ ਦੋਸਤੋ 165 ਦੇ ਵਿੱਚ ਕੌਣ ਆ ਜੀ ਐਡਵੋਕੇਟ ਜਰਨਲ ਆ ਆਰਟੀਕਲ ਨੰਬਰ 266 ਕੀ ਆ ਜੀ ਕਨਸੋਲੀਡੇਟਿਡ ਫੰਡ ਐਂਡ ਪਬਲਿਕ ਅਕਾਊਂਟਸ ਫੰਡ ਕਨਸੋਲੀਡੇਟਿਡ ਫੰਡ ਆਫ ਇੰਡੀਆ ਕਾਦੇ ਵਿੱਚ ਆ ਜੀ 266 ਨੰਬਰ ਆਰਟੀਕਲ ਦੇ ਵਿੱਚ ਆ ਦੋਸਤੋ 266 ਨੰਬਰ ਆਰਟੀਕਲ ਦੇ ਵਿੱਚ ਕੀ ਆ ਜੀ ਕਨਸੋਲੀਡੇਟਿਡ ਫੰਡ ਆਫ ਇੰਡੀਆ ਦੋਸਤੋ ਅੱਗੇ ਚੱਲਦੇ ਹਾਂ ਜੀ ਆਰਟੀਕਲ 277 ਦੇ ਵਿੱਚ ਕੀ ਹੈ ਜੀ ਕੌਂਟੀਜੈਂਸੀ ਫੰਡ ਇਹਨੂੰ ਭਾਈ ਐਮਰਜੈਂਸੀ ਫੰਡ ਵੀ ਕਹਿੰਦੇ ਆ ਕਨਸੋਲੀਡੇਟਿਡ ਫੰਡ ਦੇ ਤੇ ਅਧਿਕਾਰ ਕੀ ਦਾ ਹੁੰਦਾ ਸਰਕਾਰ ਦਾ ਪਾਰਲੀਮੈਂਟ ਦਾ ਸਾਰੇ ਮੁਲਕ ਦੀ ਸਰਕਾਰ ਦਾ ਭਾਈ ਠੀਕ ਹੈ ਤੇ ਭਾਈ ਇਹਦੇ ਚ ਕੀ ਹੈ ਜੀ ਕੌਂਟੀਜੈਂਸੀ ਦੇ ਵਿੱਚ ਇਹ ਤੇ ਅਧਿਕਾਰ ਹੁੰਦਾ ਰਾਸ਼ਟਰਪਤੀਆ ਕਿਉਂਕਿ ਐਮਰਜੈਂਸੀ ਫੰਡ ਆ ਜੀ ਐਮਰਜੈਂਸੀ ਆ ਭਾਈ ਐਮਰਜੈਂਸੀ ਉਹ ਲੱਗਦੀ ਆ ਉਹ ਤਾਂ ਇੱਕ ਬੰਦੇ ਨੂੰ ਹੀ ਪਤਾ ਲੱਗਦਾ ਹੁੰਦਾ ਜਿੱਤੇ ਬੀਤਦੀ ਆ ਲੱਗੀ ਹੋਣੀ ਸਾਰਿਆਂ ਤੇ ਤੁਹਾਡੇ ਵੀ ਉਬਸ ਉਹਨੂੰ ਪਤਾ ਲਾਜੀ ਤੇ ਬੀਜਦੀ ਆ ਐਮਰਜੈਂਸੀ ਉਹ ਲਾਦੀ ਆ ਰਾਸ਼ਟਰਪਤੀ ਨੂੰ ਪਤਾ ਹੁੰਦਾ ਤੇ ਰਾਸ਼ਟਰਪਤੀ ਕੋਲੇ ਹੁੰਦਾ ਜੀ ਐਮਰਜੈਂਸੀ ਫੰਡ ਦਾ ਅਧਿਕਾਰ ਕੌਂਟੀਜੈਂਸੀ ਫੰਡ ਦਾ ਅਧਿਕਾਰ ਆਰਟੀਕਲ ਨੰਬਰ 280 ਦੇ ਵਿੱਚ ਕੀ ਆ ਜੀ 280 ਦੇ ਵਿੱਚ ਹੈ ਜੀ ਫਾਈਨੈਂਸ਼ੀਅਲ ਫਾਈਨੈਂਸ ਕਮਿਸ਼ਨ ਜਿਹਨੂੰ ਕਹਿੰਦੇ ਆਪਾਂ ਵਿੱਤ ਅਯੋਗ ਆਰਟੀਕਲ ਨੰਬਰ 280 ਦੇ ਵਿੱਚ ਹੈ ਪਿਆਰੇ ਸਾਥੀਓ ਆਰਟੀਕਲ ਨੰਬਰ 280 ਦੇ ਵਿੱਚ ਕੀ ਆ ਜੀ ਫਾਈਨੈਂਸ ਕਮਿਸ਼ਨ 312 ਦੇ ਵਿੱਚ ਕੀ ਹੈ 올 인디아 서비스 에 ਵੀ 임포턴ਟ ਆ 유피এসসি ਚ ਪੜਿਆ ਹੋਣਾ ਪਰ ਇਹ ਤਾਂ ਇੰਪੋਰਟੈਂਟ ਕਰਾ ਰਹੇ ਹਾਂ ਤੇ ਇੰਪੋਰਟੈਂਟ ਦੇ ਵਿੱਚ ਇੰਨਾ ਹੀ ਹੈ ਜੀ ਇੰਪੋਰਟੈਂਟ ਦੇ ਵਿੱਚ ਇੰਨਾ ਹੀ ਹੈ ਆਰਟੀਕਲ ਨੰਬਰ 324 ਦੇ ਵਿੱਚ ਕੀ ਹੈ ਜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਿਹੜਾ ਕਿ 25 ਜਨਵਰੀ ਨੂੰ ਬਣਿਆ ਸੀ 1950 ਨੂੰ ਬਣਿਆ ਸੀ ਤੇ 25 ਜਨਵਰੀ ਨੂੰ ਕਹਿੰਦੇ ਵੋਟਰਸਡੇ ਮਨਾਇਆ ਜਾਂਦਾ ਤੇ ਸੂ ਕੁਮਾਰ ਸੇਨ ਸਾਡਾ ਪਹਿਲਾ ਇਲੈਕਸ਼ਨ ਕਮਿਸ਼ਨਰ ਜੀ ਇੰਡੀਆ ਦਾ ਗੱਲ ਕਲੀਅਰ ਗੱਲ ਕਲੀਅਰ ਹੈ ਜੀ ਚਲੋ ਅੱਗੇ ਚੱਲਦੇ ਹਾਂ ਆ ਭੇਰ ਪੰਜਾਬੀ ਚ ਆ ਗਿਆ ਜੀ ਆਪਣੇ ਕੋਲੇ ਇਹ ਬੱਚਿਓ ਆ ਗਿਆ ਜੀ ਆਪਣੇ ਕੋਲੇ ਪੰਜਾਬੀ ਦੇ ਵਿੱਚ ਕਹਿੰਦੇ ਆਰਟੀਕਲ ਨੰਬਰ 338 ਦੇ ਵਿੱਚ ਕੀ ਹੈ ਜੀ ਨੈਸ਼ਨਲ ਕਮਿਸ਼ਨ ਫੋਰ ਦਾ ਐਸ ਸੀ ਸ਼ੈਡਿਊਲ ਕਾਸਟ ਵਾਸਤੇ ਨੈਸ਼ਨਲ ਕਮਿਸ਼ਨ 338 ਨੰਬਰ ਆਰਟੀਕਲ ਦੇ ਵਿੱਚ ਹੈ ਜੀ 338 ਨੰਬਰ ਆਰਟੀਕਲ ਦੇ ਵਿੱਚ ਹੈ ਜੀ 338 ਏ ਵੀ ਇੰਪੋਰਟੈਂਟ ਹੈ ਕਿਉਂਕਿ ਇਹ ਚ ਨੈਸ਼ਨਲ ਕਮਿਸ਼ਨ ਫੋਰ ਐਸਟੀ ਹੈ ਜੀ ਐਸਟੀ ਵਾਸਤੇ ਸ਼ੈਡਿਊਲ ਟ੍ਰਾਈਬਸ ਵਾਸਤੇ 338ਏ ਦੇ ਵਿੱਚ ਨੈਸ਼ਨਲ ਕਮਿਸ਼ਨ ਦਾ ਕਹਿੰਦੇ ਭਾਈ ਜ਼ਿਕਰ ਕੀਤਾ ਗਿਆ ਜੀ 338ਬੀ ਦੇ ਵਿੱਚ ਕੀ ਹੈ ਜੀ ਨੈਸ਼ਨਲ ਕਮਿਸ਼ਨ ਫੋਰ ਬੈਕਵਰਡ ਕਲਾਸਸ ਇਹ 338ਬੀ ਦੇ ਵਿੱਚ ਆ ਦੋਸਤੋ ਆਰਟੀਕਲ ਨੰਬਰ 343 ਦੇ ਵਿੱਚ ਕੀ ਹੈ ਜੀ ਆਫੀਸ਼ੀਅਲ ਲੈਂਗੁਏਜਸ ਆ ਜੀ ਆਫੀਸ਼ੀਅਲ ਲੈਂਗੁਏਜਸ ਆਫ ਦਾ ਯੂਨੀਅਨ ਇਹ ਆਰਟੀਕਲ ਨੰਬਰ 343 ਦੇ ਵਿੱਚ ਹੈ ਪਹਿਲਾਂ 14 ਭਾਸ਼ਾਵਾਂ ਸੀ ਅੱਜ ਕੱਲ ਕਹਿੰਦੇ 22 ਹੋ ਗਈਆਂ ਇੰਡੀਆ ਦੇ ਭਾਰਤ ਦੇ ਸੰਵਿਧਾਨ ਚ ਆਫੀਸ਼ੀਅਲ ਲੈਂਗੁਏਜ ਕਿੰਨੀ ਹੋ ਗਈਆਂ ਜੀ 22 ਹੋ ਗਈਆਂ ਫਿਰ ਕਹਿੰਦੇ ਆਰਟੀਕਲ ਨੰਬਰ 35 ਨੈਸ਼ਨਲ ਅਮਰਜੈਂਸੀ ਹੈ ਜੀ 352 ਕੀ ਹੈ ਜੀ ਨੈਸ਼ਨਲ ਅਮਰਜੈਂਸੀ ਆਰਟੀਕਲ ਨੰਬਰ 356 ਦੇ ਵਿੱਚ ਕੀ ਹੈ ਜੀ ਪ੍ਰੈਜ਼ੀਡੈਂਟ ਰੂਲ ਜਿਹਨੂੰ ਕਹਿੰਦੇ ਨੇ ਸਟੇਟ ਅਮਰਜੈਂਸੀ ਨੈਸ਼ਨਲ ਅਮਰਜੈਂਸੀ ਤਿੰਨ ਵਾਰੀ ਲੱਗੀ ਹੁੰਦੀ ਤੱਕ 62 71 ਤੇ 75 ਦੇ ਵਿੱਚ ਇਹ ਚੀਜ਼ਾਂ ਡਿਟੇਲ ਦੇ ਵਿੱਚ ਨਹੀਂ ਪਰ ਇਹ ਵੀਡੀਓ ਕਾਦੇ ਵਾਸਤੇ ਆ ਥੋੜੇ ਸਮੇਂ ਚ ਜ਼ਿਆਦਾ ਯਾਦ ਕਰਨ ਵਾਸਤੇ ਸਾਰੇ ਆਰਟੀਕਲ ਇਸ ਤੋਂ ਯਾਦ ਹੋ ਜਾਣਗੇ ਆਰਟੀਕਲ ਨੰਬਰ 360 ਦੇ ਵਿੱਚ ਕੀ ਹੈ ਜੀ ਫਾਈਨੈਂਸ਼ੀਅਲ ਅਮਰਜੈਂਸੀ ਜਿਹਨੂੰ ਕਹਿੰਦੇ ਆਪਾਂ ਵਿੱਤੀ ਆਪਾਤਕਾਲੀਨ ਮੈਨੂੰ ਇਹ ਦੱਸੋ ਹੁਣ ਜਿਹਨੂੰ ਵੀਡੀਓ ਵਧੀਆ ਲੱਗੀ ਹੈ ਮੇਰੀ ਅਗਰ ਡੇਲੀ ਕਲਾਸ ਦੇ ਵਿੱਚ ਜੁੜਨਾ ਨਾ ਡੇਲੀ ਹਲੇ ਚੱਲ ਰਹੀ ਹੈ ਕੁ ਰੁਕੋ ਡੇਲੀ ਕਲਾਸ ਮੇਰੀ ਸ਼ਾਮ ਨੂੰ ਚੱਲਦੀ ਹੈ ਜੀ 5 ਵਜੇ ਪੰਜਾਬ ਅਡਾ 247 ਦੇ ਉੱਤੇ ਸਭ ਨੇ ਜੁੜਨਾ ਕਿਸੇ ਮਰਜ਼ੀ ਪੇਪਰ ਦੀ ਤਿਆਰੀ ਕਰਦੇ ਹੋ ਉਹ ਜੇ ਮੈਂ ਐਮਸੀਕਿਊ ਡੇਲੀ ਘੰਟੇ ਦੇ ਵਾਸਤੇ ਕਰਾਉਣਾ ਨਾ ਡੇਲੀ ਉਹਦੇ ਵਿੱਚ ਆਉਣਾ ਹੈ ਇਹ ਗੱਲ ਯਾਦ ਰੱਖਿਓ ਹੁਣ ਇਸ ਸੈਸ਼ਨ ਦੀ ਪੀਡੀਐਫ ਕਿੱਥੋਂ ਮਿਲੂਗੀ ਕਿਉਂਕਿ ਦੇਖੋ ਆਰਟੀਕਲ ਮੈਂ ਇੰਪੋਰਟੈਂਟ ਕਰਾਤੇ ਜਿੰਨੇ ਸੀਗੇ ਹੁਣ ਇਹਦੀ ਤੁਹਾਨੂੰ ਪੀਡੀਐਫ ਕਿੱਥੋਂ ਮਿਲੂਗੀ ਪਿਆਰੇ ਸਾਥੀਓ ਸਭ ਤੋਂ ਵੱਡਾ ਡਾਊਟ ਤਾਂ ਤੁਹਾਡੇ ਦਿਮਾਗ ਦੇ ਵਿੱਚ ਇਹੀ ਹੋਊਗਾ ਨਾ ਪੀਡੀਐਫ ਕਿੱਥੋਂ ਮਿਲੂਗੀ ਜਿਵੇਂ ਹੀ ਤੁਹਾਡੇ ਸਾਹਮਣੇ ਵੀਡੀਓ ਚੱਲ ਰਹੀ ਹੈ ਤੁਹਾਡੇ ਸਾਹਮਣੇ ਦੋਸਤੋ ਵੀਡੀਓ ਚੱਲ ਰਹੀ ਹੈ ਇਹਦੇ ਡਿਸਕ੍ਰਿਪਸ਼ਨ ਦੇ ਉੱਤੇ ਕਲਿੱਕ ਕਰ ਲਓ ਕਲਿੱਕ ਕਰਨ ਤੋਂ ਬਾਅਦ ਉੱਥੇ ਲਿੰਕ ਲੱਗਿਆ ਹੋਇਆ ਆ ਲਿਖਿਆ ਹੋਇਆ ਜੀ ਡਾਊਨਲੋਡ ਆਵਰ ਅਡਾ 247 ਐਪ ਅਡਾ 247.ਐਪ.ਲਿੰਕ ਮਨੋਜ ਸਰ ਇਹਤੇ ਕਲਿੱਕ ਕਰਕੇ ਐਪਲੀਕੇਸ਼ਨ ਨੂੰ ਡਾਊਨਲੋਡ ਕਰ ਲਓ ਅੱਗੇ ਦਾ ਪ੍ਰੋਸੈਸ ਹੋਰ ਦੱਸਦਾ ਅੱਗੇ ਦਾ ਪ੍ਰੋਸੈਸ ਹੋਰ ਦੱਸਦਾ ਸੁਣ ਲਓ ਜਰਾ ਧਿਆਨ ਨਾਲ ਬਾਈ ਗੱਲ ਤੇਰੇ ਮਤਲਬ ਦੀ ਸੁਣ ਕੇ ਜਾਈ ਜਵਾਨਾ ਗੱਲ ਤੇਰੇ ਮਤਲਬ ਦੀ ਆ ਦੇਖੋ ਵੀਡੀਓ ਚੱਲ ਰਹੀ ਹੈ ਜੀ ਲਾਈਵ ਵੀ ਹੋ ਸਕਦੀ ਹੈ ਰਿਕਾਰਡਡ ਵੀ ਹੋ ਸਕਦੀ ਹੈ ਵੀਡੀਓ ਚੱਲ ਰਹੀ ਹੈ ਇਹਦੇ ਡਿਸਕ੍ਰਿਪਸ਼ਨ ਦੇ ਵਿੱਚ ਲਿਖਿਆ ਹੈ ਜੀ ਸ਼ੋ ਮੋਰ ਮੈਂ ਸ਼ੋ ਮੋਰ ਤੇ ਕਲਿੱਕ ਕੀਤਾ ਕਲਿੱਕ ਕਰਦੇ ਸਾਰ ਮੈਨੂੰ ਆ ਮਿਲ ਗਿਆ ਜੀ ਲਿੰਕ ਡਾਊਨਲੋਡ आवर ਅਡਾ 247 ਐਪ ਅਡਾ 247.ਐਪ.ਲਿੰਕ ਮਨੋਜ ਸਰ ਇਹ ਤੇ ਕਲਿੱਕ ਕਰ ਦਿਓ ਪਿਆਰੇ ਸਾਥੀਓ ਇਸੇ ਤੇ ਕਲਿੱਕ ਕਰਕੇ ਐਪਲੀਕੇਸ਼ਨ ਨੂੰ ਕਰ ਲਿਓ ਜੀ ਡਾਊਨਲੋਡ ਜਦੋਂ ਐਪਲੀਕੇਸ਼ਨ ਨੂੰ ਡਾਊਨਲੋਡ ਕਰ ਲਓਗੇ ਉਸ ਤੋਂ ਬਾਅਦ ਕੀ ਹੋਊਗਾ ਜੀ ਨੈਕਸਟ ਸੁਣ ਲਿਓ ਹੁਣ ਹੁਣ ਕਿਤੇ ਭਾਈ ਤਾਰਾ ਰਾਣੀ ਮਾਤਾ ਦੀ ਕਥਾ ਸੁਣ ਕੇ ਜਾਇਓ ਐਂਡ ਤੇ ਉਸ ਤੋਂ ਬਾਅਦ ਉਹਦੇ ਵਿੱਚ ਰਜਿਸਟਰ ਕਰ ਲਿਓ ਫ੍ਰੀ ਆਫ ਕੋਸਟ ਆ ਕੋਈ ਪੈਸੇ ਨਹੀਂ ਲੱਗ ਰਹੇ ਪਿਆ ਜਿਹੜੀ ਪੀਡੀਐਫ ਦੇਊਂਗਾ ਅੱਜ ਵਾਲੇ ਆਰਟੀਕਲਾਂ ਦੀ ਜਾਂ ਪਹਿਲਾਂ ਵਾਲੀਆਂ ਕਲਾਸਾਂ ਦੀ ਪੀਡੀਐਫ ਦੇਊਂਗਾ ਕੋਈ ਪੈਸੇ ਨਹੀਂ ਲੱਗ ਰਹੇ ਬੱਚਿਓ ਸੁਣ ਲਓ ਗੱਲ ਧਿਆਨ ਨਾਲ ਇਹਦੇ ਵਿੱਚ ਕੀ ਹੋਊਗਾ ਜੀ ਇਹਦੇ ਵਿੱਚ ਤੁਹਾਨੂੰ ਇੱਕ ਗਰੁੱਪ ਦਿਖੂਗਾ ਕਮਿਊਨਿਟੀ ਦੇ ਉੱਤੇ ਥੱਲੇ ਨਾ ਮੋਰ ਦਾ ਖੰਭਜਾ ਬਣਿਆ ਹੁੰਦਾ ਆ ਦੇਖੋ ਆ ਬਣਿਆ ਪਿਆ ਮੋਰ ਦਾ ਖੰਭ ਕਮਿਊਨਿਟੀ ਇੱਥੇ ਕਲਿੱਕ ਕਰ ਦਿਓ ਸਾਹਮਣੇ ਗਰੁੱਪ ਆ ਜਾਣਗੇ ਉੱਪਰ ਇੱਕ ਗਰੁੱਪ ਹੋਊਗਾ ਜਿਹਦਾ ਨਾਮ ਲਿਖਿਆ ਹੋਊਗਾ ਜੀ ਜੀਕੇ ਜੀਐਸਬੀ ਮਨੋਜ ਸਰ ਇਹਦੇ ਵਿੱਚ 6000 ਬੱਚੇ ਜਿਹੜੇ ਪਹਿਲਾਂ ਐਡ ਹੋ ਚੁੱਕੇ ਆ ਜੀ ਹੁਣ ਅਗਲਾ ਨੰਬਰ ਤੁਹਾਡਾ ਹੋਊਗਾ ਇਸ ਗਰੁੱਪ ਦੇ ਵਿੱਚ ਜੁਆਇਨ ਕਰ ਲਿਓ ਇੱਥੇ ਪੀਡੀਐਫ ਪਈ ਹੋਊਗੀ ਜੀ ਤੁਹਾਨੂੰ ਇੰਪੋਰਟੈਂਟ ਆਰਟੀਕਲਸ ਦੀ ਪੀਡੀਐਫ ਇਹਦੇ ਵਿੱਚ ਮਿਲ ਜੂਗੀ ਉਹਦਾ ਪ੍ਰਿੰਟ ਆਊਟ ਕਢਾਓ ਉਹਨੂੰ ਆਪਦੇ ਸਾਹਮਣੇ ਚਿਕੰਦ ਦੇ ਚਿਪੇ ਦਿਓ ਕੁਛ ਮਰਜ਼ੀ ਕਰੋ ਤੁਹਾਡੀ ਇੱਛਾ ਹੈ ਇਹ ਤੁਹਾਡੀ ਇੱਛਾ ਹੈ ਪਰ ਇਸ ਪੀਡੀਐਫ ਨੂੰ ਪੜ੍ਹਨਾ ਜ਼ਰੂਰ ਹੈ ਪੜ੍ਹਨਾ ਜ਼ਰੂਰ ਠੀਕ ਹੈ ਜੀ ਇਹ ਗੱਲ ਨੂੰ ਰੱਖਿਓ ਚੇਤੇ ਦੇ ਵਿੱਚ ਜੇ ਪੰਜਾਬ ਅੱਡਾ ਦੇ ਉੱਤੇ ਕਰਨਾ ਚਾਹੁੰਦੇ ਹੋ ਤਿਆਰੀ ਪੰਜਾਬ ਅੱਡਾ ਦੇ ਨਾਲ ਜੁੜ ਕੇ ਕਿਸੇ ਵੀ ਬੈਚ ਦੇ ਵਿੱਚ ਐਡਮਿਸ਼ਨ ਲੈਣਾ ਚਾਹੁੰਦੇ ਹੋ ABCD ਕਿਸੇ ਵੀ ਬੈਚ ਦੇ ਵਿੱਚ ਤਾਂ ਡਿਸਕਾਊਂਟ 쿠ਪਨ ਕੋਡ ਯਾਦ ਰੱਖਿਓ Y679 ਅੱਜ ਦੇ ਸੈਸ਼ਨ ਦੇ ਵਿੱਚ ਦੋਸਤੋ ਇੰਨਾ ਹੀ ਆ ਜੀ ਪੀਡੀਐਫ ਡਾਊਨਲੋਡ ਕਰਨੀ ਨਾ ਭੁੱਲਿਓ ਮੈਂ ਫੇਰ ਦੱਸ ਦੇਣਾ ਜੀ ਕਿਹੜੇ ਲਿੰਕ ਤੇ ਕਲਿੱਕ ਕਰਨਾ ਪੀਡੀਐਫ ਡਾਊਨਲੋਡ ਕਰਨੀ ਕੋਈ ਵੀ ਬੱਚਾ ਜਿਹੜਾ ਨਾ ਭੁੱਲੇ ਕਿਉਂਕਿ ਫਾਇਦਾ ਨਹੀਂ ਹੈ ਫੇਰ ਵੀਡੀਓ ਲਾਈਵ ਦੇਖੇ ਦਾ ਜੇ ਤੁਸੀਂ ਪੀਡੀਐਫ ਨਾ ਡਾਊਨਲੋਡ ਕੀਤੀ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਆਹ ਵਾਲਾ ਲਿੰਕ ਆ ਜੀ ਆਹ ਵਾਲਾ ਲਿੰਕ ਹੈ ਜੀ @247.link.manoj sir ਇਹ ਤੇ ਕਲਿੱਕ ਕਰਕੇ ਐਪਲੀਕੇਸ਼ਨ ਨੂੰ ਡਾਊਨਲੋਡ ਕਰ ਲਿਓ ਕਲਾਸ ਕਿੱਦਾਂ ਦੀ ਲੱਗੀ ਹੈ ਤੇ ਨਾਲੇ ਤੁਹਾਡੇ ਤੋਂ ਇੱਕ ਆਰਟੀਕਲ ਪੁੱਛਿਆ ਹੈ ਮੈਂ ਉਹ ਵੀ ਮੈਨੂੰ ਕਮੈਂਟ ਬਾਕਸ 'ਚ ਦੱਸ ਕੇ ਜਾਇਓ ਉਹਦਾ ਹੋਮਵਰਕ ਸਮਝ ਕੇ ਰੱਖੋ ਆਪਦੇ ਵਾਸਤੇ ਡੇਲੀ ਸ਼ਾਮ ਨੂੰ 5 ਵਜੇ ਮੇਰੇ ਨਾਲ ਜੁੜਨਾ ਨਾ ਭੁੱਲਣਾ ਪੰਜਾਬ ਅੱਡਾ ਦੇ ਉੱਤੇ ਕਲਾਸ ਕਿੱਦਾਂ ਦੀ ਲੱਗੀ ਸੈਸ਼ਨ ਕਿੱਦਾਂ ਦਾ ਲੱਗਿਆ ਜ਼ਰੂਰ ਕਮੈਂਟ ਬਾਕਸ 'ਚ ਦੱਸ ਕੇ ਜਾਇਓ ਇਹੋ ਜਿਹੇ ਸੈਸ਼ਨ ਤੁਹਾਡੇ ਵਾਸਤੇ ਹੋਰ ਅਰੇਂਜ ਕਰਾਂਗੇ ਪੜਦੇ ਰਹੋ ਹੱਸਦੇ ਰਹੋ ਆਪਣਾ ਤੇ ਆਪਣਿਆਂ ਦਾ ਖਿਆਲ ਰੱਖਿਓ ਮਾਪਿਓ ਦੀਆਂ ਖੁਸ਼ੀਆਂ ਨੂੰ ਹੋਰ ਵਧਾਉਣ